ਬਿੰਦਰਕੀਆ ਸਾਹਿਬ ਦੀ ਫੋਟੋ ਪਾਈ ਸੀ ਉਦੋਂ ਪੋਸਟ 'ਚ, ਅਤੇ ਮੈਂ ਪੋਸਟ 'ਚ ਪਾ ਕੇ ਲਿਖਿਆ ਸੀਗਾ ਵੀ ਕੁਛ ਤਾਂ ਐਂ ਜਿਹੇ ਲਿਖਿਆ ਸੀਗਾ ਵੀ ਪਤਾ ਨਹੀਂ ਇਹ ਸਹੀ ਹੈ ਗਲਤ ਹੈ ਜੋ ਵੀ ਹੈ, ਬਟ ਤੁਸੀਂ ਸਾਂਭ ਲਿਓ। ਔਰ ਸਡਨਲੀ ਰਾਤ ਨੂੰ 2 ਵਜੇ ਪੂਰਾ ਕੋਰੀਡੋਰ ਲਾਈਟ ਤੋਂ ਲਾਈਟ ਹੋ ਗਿਆ, ਅਤੇ ਮੈਂ ਕਿਤੇ ਮੈਂ ਦੇਖਿਆ ਤਾਂ ਇੱਕ ਗੋਰਾ ਸੀਗਾ, ਉਹਨੇ ਆ ਕੇ ਉਹ ਲਾਈਟ ਜਗਾਈ ਔਰ ਵਿਦ ਇਨ 30 ਸੈਕਿੰਡ ਦੁਬਾਰਾ ਸਾਰੀ ਲਾਈਟ ਬੰਦ ਹੋ ਗਈ। ਸੁਰਜੀਤ ਦੀ ਫੋਟੋ ਨੂੰ ਕਿਹਾ ਸੁਰਜੀਤ ਇਹ ਗਲਤ ਹੋ ਰਿਹਾ। ਸੋ ਉਹਨਾਂ ਦਾ ਉਹ ਇੰਸੀਡੈਂਟ ਕਹਿਣਾ ਔਰ ਮੇਰਾ ਉਸੇ ਦਿਨ ਪੋਸਟ ਪਾ ਦੇਣਾ ਔਰ ਉਹ ਲਾਈਟ ਦਾ ਜਗਣਾ, ਤਾਂ ਉਹ ਕੁਛ ਤਾਂ ਐਨਰਜੀ ਸੀਗੀ ਕਿ ਜੋ ਫਿਲਮ ਕਰਾਉਣਾ ਚਾਹੁੰਦੇ ਸੀ। ਵੈਲਕਮ ਟੂ ਦ ਡਾਇਲੋਗ ਭਾਅ ਜੀ। ਥੈਂਕ ਯੂ ਸੋ ਮਚ। ਅਤੇ ਤੁਹਾਨੂੰ ਬਹੁਤ ਮੁਬਾਰਕਾਂ। ਵੈਸੇ ਆਪਾਂ ਮੋਹ ਦੀ ਗੱਲ ਕਰਨ ਲਈ ਮਿਲ ਰਹੇ ਹਾਂ, ਪਰ ਕਿਉਂਕਿ ਰੀਸੈਂਟਲੀ ਉਹ ਫਿਲਮ ਜਿਹਦੀ ਜਿਹੜੀ ਬਹੁਤ ਵੱਡੀ ਬ੍ਰਾਂਡ ਆ, ਬਹੁਤ ਵੱਡੀ ਫਰੈਂਚਾਈਜ਼ੀ ਆ, ਜਾਂ ਜਿੱਥੋਂ ਸਾਨੂੰ ਲੱਗਦਾ ਕਿ ਉਹ ਇਸ ਸਾਲ ਦੀ ਬਹੁਤ ਵੱਡੀ ਹਿੱਟ ਜਾਂ ਸਭ ਤੋਂ ਵੱਡੀ ਹਿੱਟ ਫਿਲਮ ਹੋ ਸਕਦੀ ਆ, ਕਿਉਂਕਿ ਹਲੇ ਆਪਾਂ ਜਦੋਂ ਇੰਟਰਵਿਊ ਰਿਕਾਰਡ ਕਰ ਰਹੇ ਹਾਂ ਤਾਂ 21 ਦਿਨ ਹੋਇਆ, ਅਤੇ ਜਦੋਂ ਸ਼ਾਇਦ ਇਹ ਇੰਟਰਵਿਊ ਬਾਹਰ ਆਊਗਾ ਉਦੋਂ ਉਹਨੂੰ 2-4 ਜਾਂ 5 ਦਿਨ ਹੋ ਚੁੱਕੇ ਹੋਣਗੇ, ਹੈ ਨਾ। ਸੋ ਉਦੋਂ ਸਾਨੂੰ ਰਿਜ਼ਲਟ ਮਿਲ ਜਾਣਗੇ। ਪਰ ਜਦੋਂ ਤੁਸੀਂ ਜੱਟ ਐਂਡ ਜੂਲੀਅਟ ਬਣਾ ਰਹੇ ਸੀ ਜਾਂ ਬਣਾਉਣ ਬਾਰੇ ਤੁਸੀਂ ਸੋਚਿਆ, ਸੱਚੀ ਦੱਸਿਓ ਤੁਹਾਨੂੰ ਕਿੰਨਾ ਪ੍ਰੈਸ਼ਰ ਸੀਗਾ? ਐਕਚੁਅਲੀ ਡੈਫੀਨੇਟਲੀ ਪ੍ਰੈਸ਼ਰ ਸੀਗਾ, ਕਿਉਂਕਿ ਜੱਟ ਐਂਡ ਜੂਲੀਅਟ ਆਲਰੇਡੀ ਇੱਕ ਤਾਂ ਬ੍ਰਾਂਡ ਬਹੁਤ ਵੱਡਾ ਹੈ ਔਰ ਦੂਜਾ ਉਹਨੂੰ 12 ਸਾਲ ਹੋ ਗਏ, ਸੋ 12 ਸਾਲ 'ਚ ਸਿਨੇਮਾ ਬਹੁਤ ਚੇਂਜ ਹੋ ਜਾਂਦਾ ਔਰ ਇਨਫੈਕਟ ਤੁਹਾਡੇ ਕਰੈਕਟਰਸ ਚੇਂਜ ਹੋ ਜਾਂਦੇ ਆ। ਦਿਲਜੀਤ ਭਾਅ ਜੀ ਉਦੋਂ ਮੇਰੇ ਆਈ ਥਿੰਕ 25-25 ਸਾਲ ਦੇ ਹੋਣੇ ਆ, ਹੁਣ 40 ਦੇ ਅਰਾਊਂਡ ਹੈ, ਤਾਂ ਉਹ ਹਰਕਤਾਂ ਤੁਸੀਂ ਹੁਣ ਕਰਦੇ ਚੰਗੇ ਵੀ ਨਹੀਂ ਲੱਗਦੇ, ਸੋ ਬਹੁਤ ਡਿਫੀਕਲਟ ਸੀਗਾ। ਫਿਰ ਉਹ ਜਿਹੜੇ ਕਰੈਕਟਰ ਹੈ ਉਹਨਾਂ ਦੀ ਸਾਈਕੀ ਉਹਨਾਂ ਨੂੰ ਕ੍ਰੀਏਟ ਅਨੁਰਾਗ ਭਾਅ ਜੀ ਨੇ ਕੀਤਾ ਸੀ, ਅਤੇ ਉਹਨਾਂ ਨੂੰ ਹੀ ਫੜ ਕੇ ਅੱਜ ਦੇ ਟਾਈਮ 'ਚ ਸੈੱਟ ਕਰਨਾ ਔਰ ਸੋ ਕਾਫੀ ਸਾਰਾ ਸੀਗੀਆਂ ਇਸ਼ੂ ਪ੍ਰੋਬਲਮ ਸੀਗੀਆਂ, ਔਖਾ ਵੀ ਸੀਗਾ, ਕੰਪੈਰੀਜ਼ਨ ਪ੍ਰੈਸ਼ਰ ਵੀ ਸੀਗਾ ਕਿ ਮਾਈਟ ਬੀ ਲੋਕੀ ਦੇਖਣ ਤੋਂ ਬਾਅਦ ਮਤਲਬ ਇੰਜੋਏ ਵੀ ਕਰਨਗੇ ਜੀ, ਪਰ ਇਹਨਾਂ ਪੋਜ਼ਿਟਿਵ ਵੇ ਉਹ ਕੰਪੈਰੀਜ਼ਨ ਵੀ ਕਰ ਸਕਦੇ ਨੇਗੇ ਪਹਿਲੀਆਂ ਫਿਲਮਾਂ ਨਹੀਂ। ਕੰਪੈਰੀਜ਼ਨ ਤਾਂ 100% ਹੀ ਹੁੰਦਾ ਹੈ, ਮਤਲਬ ਆਪਦੀਆਂ ਫਿਲਮਾਂ ਦਾ ਹੀ ਹੁੰਦਾ ਹੈ, ਲਾਈਕ ਕਿਸਮਤ 1-2 ਉਹਨਾਂ ਦਾ ਹੀ ਹੁੰਦਾ ਹੈ ਬਿਲਕੁਲ, ਸੋ ਇਹ ਤਾਂ ਡਾਇਰੈਕਟਰ ਹੀ ਹੋ ਰਿਹਾ, ਸੋ 100% ਕੰਪੈਰੀਜ਼ਨ ਹੋਊਗਾ ਔਰ ਉਸ ਕੰਪੈਰੀਜ਼ਨ ਦਾ ਵੀ ਮੈਨੂੰ ਪਤਾ ਹੀ ਹੈ ਕਿ ਕਿਉਂਕਿ ਜੋ ਫਸਟ ਪਾਰਟ ਹੁੰਦਾ ਉਹਦੀ ਜਿਹੜੀ ਫਰੈਸ਼ਨੈਸ ਹੁੰਦੀ ਆ ਉਹ ਕੰਟੀਨਿਊ, ਜਦੋਂ ਅਸੀਂ ਉਹ ਫਿਲਮ ਦੇਖਦੇ ਹਾਂ ਉਹ ਕਰੈਕਟਰ ਨਵੇਂ ਹੁੰਦੇ ਆ ਬਿਲਕੁਲ, ਸੋ ਤੁਹਾਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੇ ਆ। ਉਦੋਂ ਬਾਅਦ 70% ਫਿਲਮ ਚੀਜ਼ਾਂ ਤੁਹਾਨੂੰ ਫਿਲਮ ਤੋਂ ਪਹਿਲਾਂ ਪਤਾ ਹੁੰਦਾ, ਪ੍ਰੈਡਿਕਟਡ ਹੁੰਦੀਆਂ, ਤੁਹਾਨੂੰ ਕਰੈਕਟਰ ਪਤਾ ਹੁੰਦੇ, ਉਹਨਾਂ ਦਾ ਬਿਹੇਵੀਅਰ ਪਤਾ ਹੁੰਦਾ, ਸੋ ਉਹਨਾਂ ਸਵਾਦ ਨਹੀਂ ਆਉਂਦਾ ਜਿੰਨਾ ਫਸਟ ਪਾਰਟ 'ਚ ਆਉਂਦਾ, ਅਤੇ ਉਹ ਕੰਪੈਰੀਜ਼ਨ 'ਚ ਮੈਨੂੰ ਪਤਾ ਹੀ ਹੈ ਕਿ ਉਹ ਫਿਲਮਾਂ ਇਸ ਤੋਂ ਬਚ ਬੈਟਰ ਹੈ, ਸੋ ਕੋਈ ਚੱਕਰ ਨਹੀਂ ਹੈ। ਕਿਸੇ ਨੇ ਤੁਹਾਨੂੰ ਇੰਸਟਾਗ੍ਰਾਮ 'ਤੇ ਪੁੱਛਿਆ ਸੀਗਾ ਕਿ ਤੁਹਾਨੂੰ ਜੱਟ ਐਂਡ ਜੂਲੀਅਟ 3 ਤੋਂ ਕੀ ਐਕਸਪੈਕਟੇਸ਼ਨਸ ਨੇਗੀਆਂ, ਤਾਂ ਮੈਂ ਕੱਲ੍ਹ ਹੀ ਕਿਸੇ ਨਾਲ ਡਿਸਕਸ ਕਰ ਰਹੀ ਸੀ, ਮੈਂ ਕਿਹਾ ਤੁਸੀਂ ਗੈਸ ਕਰੋ ਉਹਨਾਂ ਨੇ ਕੀ ਜਵਾਬ ਦਿੱਤਾ ਹੋਣਾ,
ਉਹ ਕਹਿੰਦੇ ਉਹਨਾਂ ਨੇ ਕੀ ਲਿਖਿਆ, ਮੈਂ ਕਿਹਾ ਜਗਦੀਪ ਭਾਜੀ ਨੇ ਲਿਖਿਆ ਸੀਗਾ ਕਿ ਇਹ ਫਿਲਮ ਅਨੁਰਾਗ ਸਿੰਘ ਨੂੰ ਪਸੰਦ ਆ ਜਾਵੇ। ਸੋ ਇਹ ਉਹਨਾਂ ਨੇ ਵੀ ਕਿਹਾ, ਕਹਿੰਦੇ ਇਹ ਬਹੁਤ ਵੱਡੀ ਗੱਲ ਆ, ਨਹੀਂ ਤਾਂ ਬੰਦਾ ਇਹ ਕਹਿੰਦਾ ਕਿ ਮੇਰੀ ਐਕਸਪੈਕਟੇਸ਼ਨ ਇਹ ਆ ਕਿ ਲੋਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਵੇ, ਜਾਂ ਇਹ ਫਿਲਮ ਕਮਰਸ਼ੀਅਲੀ ਬਹੁਤ ਜ਼ਿਆਦਾ ਵੱਡੀ ਫਿਲਮ ਹੋਵੇ, ਜਾਂ ਹੁਣ ਤੱਕ ਦੀ ਪੰਜਾਬੀ ਸਿਨੇਮੇ ਦੀ ਬਹੁਤ ਵੱਡੀ ਫਿਲਮ ਹੋਵੇ ਨਾ। ਪਰ ਉੱਥੇ ਇਹ ਕਹਿਣਾ ਕਿ ਪਹਿਲੇ ਦੋ ਪਾਰਟ ਜਾਂ ਪਹਿਲੇ ਦੋ ਸੀਕੁਅਲ ਜਿਹੜੇ ਡਾਇਰੈਕਟਰ ਨੇ ਬਣਾਏ ਨੇ, ਉਸ ਡਾਇਰੈਕਟਰ ਨੂੰ ਇਹ ਫਿਲਮ ਪਸੰਦ ਆ ਜਾਵੇ, ਹੈ ਨਾ। ਐਕਚੁਅਲੀ ਜਿਵੇਂ ਜਿਹੜਾ ਡਾਇਰੈਕਟਰ ਹੁੰਦਾ ਜਾਂ ਰਾਈਟਰ ਹੁੰਦਾ ਨਾ, ਉਹ ਫਿਲਮ ਨੂੰ ਜਵਾਕ ਵਾਂਗੂ ਦੇਖਦਾ। ਸੋ ਇਹ ਆਪਣਾ ਜਵਾਕ ਕਿਸੇ ਹੋਰ ਨੂੰ ਦੇਣ ਵਾਲੀ ਗੱਲ ਹੋ ਜਾਂਦੀ ਹੈ ਕਿ ਤੇ ਉਹ ਹੁਣ ਦੂਜਾ ਬੰਦਾ ਉਹਨੂੰ ਖਰਾਬ ਕਰ ਦੇ। ਜਾਂ ਜਿਵੇਂ ਮੈਂ ਵੀ ਅੱਜ ਹੁਣ ਜਿਵੇਂ ਮੈਂ ਡਾਇਰੈਕਟਰ ਵੀ ਹਾਂ ਪਰ ਮੈਂ ਰਾਈਟਰ ਹਾਂ, ਤਾਂ ਮੈਂ ਕੁਛ ਫਿਲਮਾਂ ਦੂਜੇ ਡਾਇਰੈਕਟਰਸ ਲਈ ਲਿਖਦਾ, ਤਾਂ ਉਹਦੇ 'ਚ ਵੀ ਮੈਂ ਬਹੁਤ ਪਰਟੀਕੁਲਰ ਰਹਿੰਦਾ ਹੈ। ਲਾਈਕ ਕੁਛ ਨੀਕੀ ਹੁੰਦਾ ਜਾਂ ਕੁਛ ਚੇਂਜ ਹੁੰਦਾ ਤਾਂ ਮੈਨੂੰ ਹਰਟ ਹੁੰਦਾ, ਰਾਈਟ। ਸੋ ਇਹ ਤਾਂ ਤੁਸੀਂ ਫਿਲਮ ਹੀ ਕੋਈ ਹੋਰ ਲੈ ਗਿਆ ਹੈ ਨਾ। ਸੋ ਮੈਨੂੰ ਇਹ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗੇ ਕਿ ਯਾਰ ਹਾਂ ਕਿ ਖਰਾਬ ਨਹੀਂ ਕੀਤਾ ਬ੍ਰਾਂਡ ਨਾਲ, ਕਿ ਉਹ ਹੈਗਾ ਫੋਰ ਪਾਰਟ ਬਣਨ ਲਾਇਕ, ਉਹ ਹੈਗਾ ਫੋਰ ਦੀ ਸੰਭਾਵਨਾ ਹੈਗੀ ਹੈ, ਔਰ ਫਤਿਹ ਤੇ ਪੂਜਾ ਜਿਉਂਦੇ ਰਹਿਣ। ਸੋ ਇਸੇ ਲਈ ਅਨੁਰਾਗ ਭਾਜੀ ਨੂੰ ਪਸੰਦ ਆਉਣੀ ਜਾਂ ਉਹਨਾਂ ਦੀ ਉਮੀਦਾਂ ਦੇ ਘਰੇ ਉਤਰਨੀ ਬਹੁਤ ਜ਼ਰੂਰੀ ਹੈ। ਤੁਹਾਡੀਆਂ ਐਫਰਟਸ ਕੀ ਸੀਗੀਆਂ ਕਿ ਇਹਨੂੰ ਬਹੁਤੀ ਇਹਦੇ ਨਾਲ ਛੇੜਛਾੜ ਨਾ ਕੀਤੀ ਜਾਵੇ, ਲੈਟ ਇਟ ਬੀ ਦਾ ਸੇਮ ਜੋ ਜੱਟ ਐਂਡ ਜੂਲੀਅਟ ਦਾ ਫਲੇਵਰ ਚੱਲਦਾ ਆ ਰਿਹਾ, ਜਾਂ ਤੁਹਾਨੂੰ ਲੱਗਿਆ ਸੀਗਾ ਕਿ ਮੈਨੂੰ ਆਪਣਾ ਸਿਗਨੇਚਰ ਪਾਉਣ ਦੀ ਵੀ ਜ਼ਰੂਰਤ ਹੈ? ਕਿਉਂਕਿ ਮੈਂ ਫਿਲਮ ਦੇਖ ਨਹੀਂ ਸਕੀ ਕਿਉਂਕਿ ਕੱਲ੍ਹ ਸਾਰਾ ਚੰਡੀਗੜ੍ਹ ਹਾਊਸਫੁੱਲ ਸੀਗਾ, ਮੋਹਾਲੀ ਚੰਡੀਗੜ੍ਹ ਦਾ ਮੈਨੂੰ ਕੋਈ ਸ਼ੋਅ ਨਹੀਂ ਮਿਲਿਆ, ਜਿਹੜੇ ਲੇਟ ਨਾਈਟ ਸੀਗੇ ਤਾਂ ਉਹ ਇੰਨੀ ਲੇਟ ਨਾਈਟ ਮੈਂ ਦੇਖ ਨਹੀਂ ਸਕਣੇ, ਕਿਉਂਕਿ ਮੈਂ ਦੇਖੀ ਨਹੀਂ। ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਸਿਗਨੇਚਰ ਉਹ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਤੁਹਾਨੂੰ ਲੱਗਿਆ ਕਿ ਉਹ ਜੋ ਹੈਗਾ ਉਹਨੂੰ ਉਸੇ ਤਰੀਕੇ ਨਾਲ ਰੱਖੀਏ, ਜ਼ਿਆਦਾ ਛੇੜਛਾੜ ਨਾ ਕਰੀਏ? ਐਕਚੁਅਲੀ ਕੁਛ ਚੀਜ਼ਾਂ ਹੈ ਜੋ ਓਰਿਜਨਲ ਸੀਗੀਆਂ ਉਹਨਾਂ ਨੂੰ ਕੰਟੀਨਿਊ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਕੁਛ ਚੀਜ਼ਾਂ ਜਿਵੇਂ ਮੈਂ ਕਿਹਾ ਕਿ ਹੁਣ ਫਤਿਹ ਪੂਜਾ ਉਸ ਤਰੀਕੇ ਨਾਲ ਕਰਦੇ ਸ਼ਾਇਦ ਵਧੀਆ ਨਹੀਂ ਲੱਗਦੇ ਸੀ। ਸੋ ਉਹਨਾਂ ਦਾ ਇੱਕ ਬਿਹੇਵੀਅਰ ਜਾਂ ਕੁਛ ਗੱਲਾਂ ਚੇਂਜ ਕੀਤੀਆਂ। ਅੱਛਾ, ਸੋ ਮਿਕਸ ਚਾ ਕਹਿ ਸਕਦੇ ਹੋ ਤੁਸੀਂ, ਮਤਲਬ ਔਖਾ ਹੀ ਸੀਗਾ ਕੁੱਲ ਮਿਲਾ ਕੇ। ਸੋ ਹੁਣ ਪਤਾ ਨਹੀਂ ਕੀ ਬਣਿਆ, ਆਡੀਅੰਸ ਨੂੰ ਕਿਵੇਂ ਲੱਗ ਰਹੀ ਹੈ, ਕੀ ਰਿਐਕਸ਼ਨ ਆਉਣਗੇ, ਬਟ ਬਹੁਤ ਮਤਲਬ ਇਹ ਮੈਂ ਕਿਸੇ ਹੋਰ ਦਾ ਬ੍ਰਾਂਡ ਕਰਨਾ ਬਹੁਤ ਔਖਾ ਹੈ। ਤੁਸੀਂ ਕਹਿੰਦੇ ਹੋ ਕਿ ਮੈਂ ਆਪਣੀਆਂ ਰੋਮਾਂਟਿਕ ਫਿਲਮਾਂ ਜਾਂਦੀ ਹੁੰਦਾ ਤੋਂ ਬਿਨਾਂ ਸੋਚ ਨਹੀਂ ਸਕਦਾ। ਸੋ ਇਹ ਤੁਹਾਡੀ ਰੋਮ ਕੌਮ ਫਿਲਮ ਸੀਗੀ, ਇਹ ਵੀ ਜਾਨੀ ਹੁੰਦਾ ਤੋਂ ਬਿਨਾਂ ਨਹੀਂ ਤੁਸੀਂ ਸੋਚੀ ਹੈ ਨਾ? ਨਹੀਂ, ਇਹਦੇ 'ਚ ਐਕਚੁਅਲੀ ਅਸੀਂ ਟਰਾਈ ਕੀਤੀ ਸੀਗੀ ਕਿ ਕਿਤੋਂ ਹੋਰ ਮਿਊਜ਼ਿਕ ਹੋ ਜੇ, ਬਟ ਅਨਫੋਰਚੁਨੇਟਲੀ ਵਰਕ ਨਹੀਂ ਕਰ ਪਾਈਆਂ ਚੀਜ਼ਾਂ। ਸੋ ਲਾਸਟ 'ਤੇ ਫਿਰ ਘੁੰਮ ਫਿਰ ਕੇ ਜਾਨੀ ਕੋਲ ਗਈ ਫਿਲਮ। ਸੋ ਪਹਿਲਾਂ ਕੋਈ ਹੋਰ ਮਿਊਜ਼ਿਕ ਡਾਇਰੈਕਟਰ ਸੀਗੇ ਜੋ ਇਹਨੂੰ ਕਰ ਰਹੇ ਸੀ, ਤਾਂ ਦੋ ਤਿੰਨ ਜਗ੍ਹਾ ਤੋਂ ਫਿਲਮ ਨਿਕਲੀ, ਬਟ ਗਾਣੇ ਕਿਤੇ ਸੈੱਟ ਨਹੀਂ ਬੈਠ ਰਹੇ ਸੀਗੇ ਜਾਂ ਕਿਤੇ ਟਾਈਮ ਦੀ ਅਵੇਲੇਬਿਲਿਟੀ ਨਹੀਂ ਸੀਗੀ ਉਹਨਾਂ ਦੀ। ਸੋ ਫਿਰ ਲਾਸਟ 'ਚ ਫਿਰ ਜਾਨੀ ਆਇਆ। ਦਾਸ ਫਿਲਮ ਵਾਲੇ, ਦਾਸ ਮੀਡੀਆ ਵਾਲੇ ਨਾ ਜੱਟ ਐਂਡ ਜੂਲੀਅਟ ਦੀ ਸਾਰੀ ਇਹ ਕਵਰੇਜ, ਜੋ ਆਈ ਗੈਸ ਤੁਹਾਡਾ ਇੱਧਰਲਾ ਸ਼ੂਟ ਵੀ ਉਹਨਾਂ ਨੇ BTS ਸਾਰੇ ਕੀਤੇ ਨੇਗੇ, ਜਾਂ ਹੁਣ ਜਦੋਂ ਪ੍ਰਮੋਸ਼ਨ ਵੀ ਚੱਲ ਰਹੀ ਸੀਗੀ ਉਹ ਕਵਰ ਕਰ ਰਹੇ ਸੀਗੇ। ਜਦੋਂ ਚੰਡੀਗੜ੍ਹ ਕਾਨਫਰੰਸ ਸੀਗੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਮਤਲਬ ਦਿਲਜੀਤ ਭਾਅ ਜੀ ਨਾਲ ਕੰਮ ਕਰਕੇ ਜੋ ਉਹਨਾਂ ਨੇ ਆਸ ਪਾਸ ਰਹਿ ਕੇ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਆ, ਹੈ ਨਾ? ਉਹ ਕਹਿੰਦੇ ਕਿ ਅਸੀਂ BTS ਕੀਤੇ ਨੇ, ਅਸੀਂ ਉਦੋਂ ਕਾਫੀ ਟਾਈਮ ਇਕੱਠੇ ਰਹੇ ਹਾਂ, ਐਂਡ ਜਦੋਂ ਹੁਣ ਪ੍ਰਮੋਸ਼ਨ ਚੱਲ ਰਹੀ ਆ ਅਸੀਂ ਉਦੋਂ ਵੀ ਇਕੱਠੇ ਹਾਂ। ਕਹਿੰਦੇ ਕਿ ਮੇਰੀ ਵਾਈਫ ਨੇ ਵੀ ਮੈਨੂੰ ਇਹ ਸਵਾਲ ਪੁੱਛਿਆ ਅੱਜ ਸਵੇਰੇ
ਕਹਿੰਦੇ ਮੈਂ ਕਿਹਾ ਕਿ ਅਸੀਂ ਉੱਥੋਂ ਇੰਨਾ ਟਾਈਮ ਇਕੱਠੇ ਰਹਿ ਲਏ, ਉਸ ਤੋਂ ਬਾਅਦ ਜਿਵੇਂ ਆਪਦੇ ਆਪਦੇ ਕੰਮਾਂ 'ਤੇ ਅਸੀਂ ਬਿਜ਼ੀ ਹੋ ਗਏ, ਅਤੇ ਹੁਣ ਜਦੋਂ ਅਸੀਂ ਦੁਬਾਰਾ ਮਿਲੇ ਹਾਂ ਤਾਂ ਉਹ ਜਿਹੜਾ ਇਨ ਬਿਟਵੀਨ ਗੈਪ ਸੀ ਉਹਦੇ ਵਿੱਚ ਉਹਨਾਂ ਨੇ ਬਹੁਤ ਕੁਛ ਕਰ ਲਿਆ। ਰਾਈਟ। ਉਹ ਕਹਿੰਦੇ ਮੈਨੂੰ ਫਿਰ ਉਹ ਨਿਊ ਐਕਸਾਈਟਮੈਂਟ ਆ। ਕਹਿੰਦੇ ਉਹਨਾਂ ਨੇ ਪੁੱਛਿਆ ਸੀਗਾ ਕਿ ਤੁਸੀਂ ਦਿਲਜੀਤ ਭਾਅ ਜੀ ਉਹਨਾਂ ਨੂੰ ਜਦੋਂ ਹਾਲੇ ਤੱਕ ਮਿਲੇ ਨਹੀਂ ਸੀ, ਪਰ ਹੁਣ ਤੁਸੀਂ ਉਹਨਾਂ ਨਾਲ ਕਾਫੀ ਦਿਨ ਰਹਿ ਕੇ ਕੰਮ ਕੀਤਾ, ਉਹਨਾਂ ਦਾ ਆਲੇ ਦੁਆਲੇ ਤੁਸੀਂ ਰਹੇ, ਉਹਨਾਂ ਦੀਆਂ ਸਰਾਊਂਡਿੰਗਸ ਦੇ ਵਿੱਚ ਵੀ ਹੁਣ ਐਕਸਾਈਟਮੈਂਟ ਤੁਹਾਡੀ ਹੈਗੀ ਜਾਂ ਨਹੀਂ ਹੈਗੀ? ਉਹ ਕਹਿੰਦੇ ਨਾ ਉਹਨਾਂ ਨੇ ਜਿੰਨਾ ਕੁ ਗੈਪ ਸਾਨੂੰ ਨਹੀਂ ਮਿਲਿਆ, ਮਤਲਬ ਗੈਪ ਮਿਲਿਆ ਕਿ ਜਦੋਂ ਅਸੀਂ ਨਹੀਂ ਮਿਲੇ ਤਾਂ ਇਨ ਬਿਟਵੀਨ ਉਹਨਾਂ ਨੇ ਇੰਨਾ ਕੁਛ ਕਰ ਲਿਆ। ਉਹ ਕਹਿੰਦੇ ਮੈਨੂੰ ਫਿਰ ਐਂ ਲੱਗਣ ਲੱਗ ਗਿਆ ਕਿ ਦਿਲਜੀਤ ਭਾਜੀ ਹੈ ਨਾ। ਸੋ ਮੈਨੂੰ ਲੱਗਦਾ ਕਿ ਜੱਟ ਐਂਡ ਜੂਲੀਅਟ ਦਾ ਸ਼ੂਟ ਜਦੋਂ ਹੋਇਆ ਅਤੇ ਜਦੋਂ ਉਹਦੀ ਰਿਲੀਜ਼ ਹੁੰਦੀ ਆ ਤਾਂ ਉਹ ਉਸ ਟਾਈਮ ਦੌਰਾਨ ਜਿਹੜੀਆਂ ਹੈਪਨਿੰਗਸ ਚੀਜ਼ਾਂ ਹੋਈਆਂ ਨੇ ਹੈ ਨਾ ਉਹਨਾਂ ਦੇ ਲਈ, ਜਿਮੀ ਫੈਲਨ ਸ਼ੋਅ 'ਤੇ ਜਾਣਾ, ਇੰਨੀਆਂ ਵੱਡੀਆਂ ਸਟੇਜਿਸ 'ਤੇ ਜਾ ਕੇ ਪਰਫੋਰਮ ਕਰਨਾ, ਕੌਨਸਰਟ ਸਟੇਡੀਅਮਸ ਸੋਲਡ ਆਊਟ ਜਾਣੇ ਹੈ ਨਾ। ਸੋ ਬੀਂਗ ਅ ਡਾਇਰੈਕਟਰ ਤੁਹਾਨੂੰ ਵੀ ਉਸ ਚੀਜ਼ ਦਾ ਪ੍ਰੈਸ਼ਰ ਸੀਗਾ ਕਿ ਓਕੇ ਚੀਜ਼ ਸ਼ੂਟ ਹੋ ਗਈ, ਉਹ ਸ਼ੂਟਿੰਗ ਟਾਈਮ ਵੀ ਉਹ ਬਹੁਤ ਵੱਡਾ ਨਾਂ ਸੀਗੇ, ਬਟ ਉਸ ਤੋਂ ਬਾਅਦ ਜਿਹੜੀਆਂ ਆਰਟਿਸਟ ਦੀਆਂ ਆਪਣੀਆਂ ਪਰਸਨਲ ਅਚੀਵਮੈਂਟਸ ਹੁੰਦੀਆਂ ਨੇ, ਕੀ ਉਹ ਬਾਕੀ ਸਾਰੀ ਟੀਮ ਨੂੰ ਵੀ ਥੋੜ੍ਹੀ ਕ੍ਰੀਏਟਿਵ ਪ੍ਰੈਸ਼ਰ ਦਿੰਦੀਆਂ ਨੇ? ਮਤਲਬ ਨੈਗੇਟਿਵ ਨਹੀਂ, ਕ੍ਰੀਏਟਿਵ ਪ੍ਰੈਸ਼ਰ ਕਿ ਦਿਸ ਸ਼ੁੱਡ ਲੁੱਕ ਮੋਰ ਬਿਗਰ ਔਰ ਮੋਰ ਬੈਟਰ? ਨਹੀਂ, ਐਕਚੁਅਲੀ ਉਸ ਚੀਜ਼ ਦਾ ਜੈਨੂਅਲੀ ਮੈਨੂੰ ਪ੍ਰੈਸ਼ਰ ਨਹੀਂ ਸੀ, ਪਹਿਲਾਂ ਵੀ ਨਹੀਂ ਸੀਗਾ ਕਿ ਦਲਜੀਤ ਭਾਜੀ ਹੈ ਤਾਂ ਕੁਛ ਐਂ ਹੋਣਾ ਚਾਹੀਦਾ ਹੈ, ਆਡੀਅੰਸ ਨੂੰ ਉਮੀਦ ਹੋਊਗੀ। ਮੈਨੂੰ ਉਹ ਬਿਲਕੁਲ ਵੀ ਪ੍ਰੈਸ਼ਰ ਨਹੀਂ ਸੀ, ਮੈਨੂੰ ਪ੍ਰੈਸ਼ਰ ਸੀਗਾ ਸਿਰਫ ਬ੍ਰੈਂਡ ਦਾ ਕਿ ਇੱਕ ਆਲਰੇਡੀ ਇੰਨਾ ਸਕਸੈਸਫੁਲ ਬ੍ਰੈਂਡ ਹੈ, ਸੋ ਉਹਨੂੰ ਦੁਬਾਰਾ ਕ੍ਰੀਏਟ ਕਰਨਾ ਔਰ ਇੰਨੇ ਗੈਪ ਤੋਂ ਬਾਅਦ ਕ੍ਰੀਏਟ ਕਰਨਾ, ਸੋ ਬਸ ਉਹੀ ਸੀਗਾ। ਮਤਲਬ ਦਲਜੀਤ ਭਾਜੀ ਕਿਉਂਕਿ ਉਹਨਾਂ ਦਾ ਕਦੇ ਵੀ ਕੋਈ ਇੰਟਰਫੇਅਰ ਨਹੀਂ ਰਹਿੰਦਾ ਜ਼ਿਆਦਾ, ਮਤਲਬ ਇੱਕ ਵਾਰੀ ਉਹਨਾਂ ਨੇ ਤੁਹਾਨੂੰ ਡਨ ਕਰਤਾ ਕਿ ਸਕ੍ਰਿਪਟ ਓਕੇ ਕਰਤੀ, ਡਾਇਰੈਕਟਰ ਓਕੇ ਕਰਤਾ, ਫਿਰ ਉਹ 100% ਸਰੈਂਡਰ ਕਰਕੇ ਚੱਲਦੇ ਆ। ਉਹ ਤੋਂ ਪਹਿਲਾਂ ਉਹਨਾਂ ਦਾ ਰਹਿੰਦਾ ਹੈ ਕਿ ਕਿਹਦੇ ਨਾਲ ਫਿਲਮ ਕਰਨੀ ਹੈ, ਕਿਹੜੀ ਫਿਲਮ ਕਰਨੀ ਹੈ, ਸੋ ਉਹ ਇੱਕ ਮੈਨੂੰ ਲੱਗਦਾ ਕਿ ਐਕਟਰ ਦਾ ਹੱਕ ਵੀ ਹੈ, ਸੋ ਉਹਦੇ 'ਚ ਕੁਛ ਗਲਤ ਨਹੀਂ ਹੈ, ਬਟ ਔਨ ਸਰੈਂਡਰ ਔਨ ਸੈੱਟ ਤਾਂ ਉਹ ਪੂਰਾ ਸਰੈਂਡਰ ਕਰਕੇ ਰਹਿੰਦੇ ਆ, ਸੋ ਬਿਲਕੁਲ ਵੀ ਪ੍ਰੈਸ਼ਰ ਨਹੀਂ ਹੁੰਦਾ ਉਹਨਾਂ ਦਾ। ਸੋ ਮੋਹ ਦੀ ਗੱਲ ਕਰਦੇ ਹਾਂ, ਡਾਇਲੋਗ ਜਿਹੜਾ ਇਹ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ, ਅਸੀਂ ਇਹਦੇ ਵਿੱਚ ਕਲਟ ਫਿਲਮਾਂ ਜਿਹੜੀਆਂ ਬਹੁਤ ਵੱਡੀਆਂ ਬਾਕਸ ਆਫਿਸ ਹਿੱਟ ਵੀ ਰਹੀਆਂ ਜਾਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਚਰਚਾ ਹੋਈ, ਅਸੀਂ ਉਹਨਾਂ 'ਤੇ ਗੱਲ ਕਰਨ ਦੇ ਲਈ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ ਸੀ। ਕਿਉਂਕਿ ਜਦੋਂ ਫੋਰਮਲ ਇੰਟਰਵਿਊ ਹੁੰਦੀ ਹੈ ਕਿ ਫਿਲਮ ਰਿਲੀਜ਼ ਤੋਂ ਪਹਿਲਾਂ ਜਾਂ ਫਿਲਮ ਰਿਲੀਜ਼ ਦੇ ਬਾਅਦ, ਤਾਂ ਉਦੋਂ ਵੀ ਸ਼ਾਇਦ ਐਂਕਰ ਉਹ ਉਨੇ ਸਾਰੇ ਆਸਪੈਕਟ ਕਵਰ ਨਹੀਂ ਕਰ ਪਾਉਂਦਾ ਕਿਉਂਕਿ ਉਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਨਾ। ਜਦੋਂ ਸ਼ਾਇਦ ਦੀ ਅਸੀਂ ਇੰਟਰਵਿਊ ਕਰ ਰਹੇ ਸੀ ਤਾਂ ਸੰਦੀਪ ਪਾਟਿਲ ਸਰ ਨੇ ਦੱਸਿਆ ਕਿ ਉਹ ਇੱਕ ਫਰੇਮ ਆ ਜਿਹੜਾ ਕਿ ਉਹਦੀ ਜ਼ਿੰਦਗੀ 'ਚ ਆਉਂਦੀ ਹੈ ਤਾਂ ਉਹਦੇ ਚਿਹਰੇ 'ਤੇ ਰੌਸ਼ਨੀ ਆਉਂਦੀ ਹੈ ਨਾ, ਅਤੇ ਜਦੋਂ ਉਹਦੀ ਜ਼ਿੰਦਗੀ ਤੋਂ ਜਾਂਦੀ ਹੈ ਤਾਂ ਉਹ ਫਰੇਮ ਦੇ ਵਿੱਚ ਉਹਨਾਂ ਦੇ ਚਿਹਰੇ ਤੋਂ ਰੌਸ਼ਨੀ ਚਲੇ ਜਾਂਦੀ ਆ। ਸੋ ਇੰਨੀਆਂ ਜਿਹੜੀਆਂ ਮਿਨਿਊਟ ਡਿਟੇਲਸ ਹੁੰਦੀਆਂ ਨੇ, ਕਈ ਵਾਰੀ ਤੁਸੀਂ ਉਹ ਦੇਖਦਿਆਂ ਹੋਇਆਂ ਵੀ ਨੋਟਿਸ ਨਹੀਂ ਕਰਦੇ ਜਾਂ ਮਹਿਸੂਸ ਨਹੀਂ ਕਰਦੇ ਜਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਤੁਸੀਂ ਸਿਨੇਮੈਟੋਗ੍ਰਾਫੀ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਕਰ ਸਕਦੇ ਹੋ, ਹੈ ਨਾ। ਸੋ ਮੈਂ ਚਾਹੁੰਦੀ ਹਾਂ ਕਿ ਮੋਹ ਬਾਕਸ ਆਫਿਸ 'ਤੇ ਬਹੁਤ ਵੱਡੀ ਹਿੱਟ ਨਹੀਂ ਰਹੀ, ਪਰ ਹੁਣ ਵੀ ਜਦੋਂ ਤਾਂ ਤੁਸੀਂ ਕਦੇ ਕਹਿੰਦੇ ਹੋ ਕਿ ਲੈਟਸ ਟਾਕ, ਹੈ ਨਾ, ਇੰਸਟਾਗ੍ਰਾਮ ਸਟੋਰੀ ਤੁਸੀਂ ਪਾਉਂਦੇ ਹੋ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਜ਼ਿਆਦਾਤਰ ਜਿਸ ਫਿਲਮ ਦੀ ਤੁਹਾਡੇ ਨਾਲ ਗੱਲ ਹੁੰਦੀ ਆ ਉਹ ਮੋਹ ਦੀ ਹੁੰਦੀ ਆ, ਹੈ ਨਾ। ਇੱਕ ਇਹ ਹੁੰਦਾ ਕਿ ਮੋਹ ਓ ਟੀ ਟੀ 'ਤੇ ਕਦੋਂ ਆ ਰਹੀ ਆ। ਸੋ ਮੋਹ ਕਿੱਦਾਂ ਬਣੀ ਸੀਗੀ ਭਾਅ ਜੀ ਐਕਚੁਅਲ ਦੇ ਵਿੱਚ, ਕਿਉਂਕਿ ਰਾਈਟਰ ਤਾਂ ਹੋਰ ਨੇਗੇ, ਡਾਇਰੈਕਟ ਤੁਸੀਂ ਕੀਤੀ ਆ ਇਹ, ਹੈ ਨਾ। ਸੋ ਇਹ ਕਿੱਥੋਂ ਸ਼ੁਰੂ ਹੁੰਦੀ ਸੀਗੀ? ਐਕਚੁਅਲੀ ਜਿਹੜੇ ਉਹ ਮੋਹ ਦੇ ਰਾਈਟਰ ਹੈ, ਹੈ ਨਾ, ਤਰਸੇਮ ਬਾਈ ਹੁਰੇ, ਅਤੇ ਉਹਨਾਂ ਨੇ ਮੈਨੂੰ ਕਾਫੀ ਟਾਈਮ ਤੋਂ ਪਹਿਲਾਂ, ਜਿਵੇਂ ਬਹੁਤ ਸਾਰੇ ਲੋਕ ਅਪਰੋਚ ਕਰਦੇ ਆ, ਤਾਂ ਉਹਨਾਂ ਨੇ ਅਪਰੋਚ ਕੀਤਾ ਸੀਗਾ ਕਿ ਅਸੀਂ ਸਾਡੇ ਕੋਲ ਇੱਕ ਸਟੋਰੀ ਹੈ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਪਹਿਲਾਂ 100 ਪੇਜਸ 70-80 ਪੇਜਸ ਲਿਖ ਲਓ, ਇਕੱਲੀ ਸਟੋਰੀ ਨਾਲ ਕੁਛ ਨਹੀਂ ਹੋਣਾ।
ਸੋ ਫਿਰ ਉਹਨਾਂ ਨੇ ਮੈਨੂੰ ਦੁਬਾਰਾ ਮੈਸੇਜ ਕੀਤਾ ਕਿ ਅਸੀਂ ਲਿਖ ਲਈ। ਅੱਛਾ। ਸੋ ਮੈਨੂੰ ਸੀਗਾ ਕਿ ਚਲੋ ਕਿਸੇ ਨੇ ਮਿਹਨਤ ਕੀਤੀ ਹੈ ਤਾਂ ਹੁਣ ਸੁਣ ਲਓ। ਤਾਂ ਮੈਂ ਕੋਸ਼ਿਸ਼ ਵੀ ਕਰਦਾ ਹਾਂ ਕਿ ਜੇ ਕੋਈ ਬੰਦਾ ਲਿਖ ਕੇ ਲਿਆਉਂਦਾ ਹੈ ਤਾਂ ਮੈਂ ਇੱਕ ਦੋ ਵਾਰ ਜ਼ਰੂਰ ਸੁਣਦਾ ਕਿ ਹਾਂ ਜੇ ਕਿ ਦੋ ਤਿੰਨ ਵਾਰੀ 'ਚ ਕੁਛ ਨਹੀਂ ਫਰੂਟਫੁੱਲ ਮਿਲਿਆ ਫਿਰ, ਕਿਉਂਕਿ ਇੰਨੇ ਲੋਕ ਅਪਰੋਚ ਕਰਦੇ ਆ ਤਾਂ ਫਿਰ ਔਖਾ ਹੋ ਜਾਂਦਾ ਵਾਰ ਵਾਰ ਟਾਈਮ ਦੇਣਾ। ਬਟ ਜੇ ਕਿਸੇ 'ਚ ਪੋਟੈਂਸ਼ੀਅਲ ਦਿਖਦਾ ਮੈਨੂੰ ਫਿਰ ਮੈਂ ਉਹਨੂੰ ਵਾਰ ਵਾਰ ਮਿਲਦਾ। ਅੱਛਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਆਪਾਂ ਮਿਲਦੇ ਹਾਂ। ਸੁਪਨਾ ਰਿਲੀਜ਼ ਸੀਗੀ 14 ਦੀ, ਆਈ ਥਿੰਕ ਮੈਂ ਉਹਨਾਂ ਨੂੰ 15 ਨੂੰ ਮਿਲਿਆ। ਅੱਛਾ। ਅਤੇ ਮੈਂ ਚੰਡੀਗੜ੍ਹ ਉਹਨਾਂ ਨੂੰ ਬੁਲਾ ਲਿਆ ਅਤੇ ਉਹ JW ਮੈਰਿਡ ਆਏ। ਉਹ ਬਹੁਤ ਹੀ ਦੇਸੀ ਜੇ ਛੋਟੀ ਜਿਹੀ ਫੈਮਿਲੀ 'ਚੋਂ ਹੈ ਨਾ, ਮਿਡਲ ਕਲਾਸ ਹੀ ਕਹਿ ਸਕਦੇ, ਮਿਡਲ ਕਲਾਸ ਤੋਂ ਵੀ ਥੱਲੇ ਕਹਿ ਸਕਦੇ ਹਾਂ, ਲਾਈਕ ਲੇਬਰ ਕਲਾਸ ਹੁੰਦੇ ਆ। ਤੇ ਮੈਨੂੰ ਉਹਨਾਂ ਨੂੰ ਦੇਖ ਕੇ ਲੱਗਿਆ ਕਿ ਯਾਰ ਆਈ ਗੈਸ ਉਹ ਚਾਚਾ ਭਤੀਜਾ ਨੇ। ਹਾਂਜੀ, ਗੋਬਿੰਦ ਐਂਡ ਤਰਸੀਮ ਜੀ। ਹਾਂਜੀ, ਉਹ ਜਿਹੜੇ ਮਿਲ ਹੁੰਦੇ ਆ ਉਹਨਾਂ ਦੇ ਉੱਤੇ ਜੋ ਸ਼ੈੱਡ ਪੈਂਦੇ ਆ ਉਹਦਾ ਕੰਮ ਕਰਦੇ ਆ। ਸੋ ਮੈਨੂੰ ਉਹਨਾਂ ਨੂੰ ਦੇਖ ਕੇ ਲੱਗਿਆ ਕਿ ਯਾਰ ਐਵੇਂ ਟਾਈਮ ਖਰਾਬ ਹੀ ਹੈ, ਵੀ ਕੁਛ ਫਰੂਟਫੁੱਲ ਨਹੀਂ ਹੋਣਾ ਹੈ ਨਾ, ਕਿਉਂਕਿ ਬਹੁਤ ਸਾਰੇ ਲੋਕ ਚਾਹੁੰਦੇ ਆ ਲਿਖਣਾ ਕਹਾਣੀ ਬਟ ਉਹ ਬਹੁਤ ਸ਼ੈਲੋ ਹੁੰਦੀ ਹੈ। ਸੋ ਮੈਂ ਉਹਨਾਂ ਨੇ ਕਿਹਾ ਤੁਸੀਂ ਮੈਨੂੰ ਨਾ 15 ਮਿੰਟ 'ਚ ਇੱਕ ਵਾਰੀ ਮੋਟੀ ਮੋਟੀ ਸਟੋਰੀ ਸੁਣਾ ਦਿਓ। ਅੱਛਾ। ਸੋ ਉਹ ਕਹਿੰਦੇ ਕਿ ਨਹੀਂ ਸਰ ਤੁਸੀਂ ਨਾ ਡਿਟੇਲ 'ਚ ਸੁਣ ਲਓ, ਜਿੱਥੇ ਤੁਹਾਨੂੰ ਲੱਗੂਗਾ ਕਿ ਨਹੀਂ ਵਧੀਆ ਤੁਸੀਂ ਬੰਦ ਕਰ ਲਿਓ। ਤਾਂ ਮੈਂ ਕਿਹਾ ਠੀਕ ਹੈ। ਉਦੋਂ ਸਾਡੀ ਇਹ ਪਲਾਨਿੰਗ ਚੱਲ ਰਹੀ ਸੀਗੀ ਕਿ ਅਸੀਂ ਕਿਸਮਤ 2 ਕਰਨੀ ਹੈ। ਤੇ ਉਹਨਾਂ ਨੇ ਮੈਨੂੰ ਉਹ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਅੱਛਾ। ਤੇ ਸੁਣਾਉਂਦੇ ਗਏ ਉਹ ਚੰਨਾ ਇੰਟਰਸਟ ਆ ਗਿਆ ਕਿ ਅਸੀਂ 3-4 ਘੰਟੇ ਬੈਠੇ ਰਹੇ। 15 ਮਿੰਟ ਤੋਂ 3-4 ਘੰਟੇ ਤੱਕ ਗੱਲ ਚੱਲੀ ਗਈ। ਔਰ ਮੈਂ ਇੰਨਾ ਐਕਸਾਈਟਡ ਹੋ ਗਿਆ, ਮੈਂ ਅੰਮੀ ਨੂੰ ਫੋਨ ਕੀਤਾ। ਮੈਂ ਕਿਹਾ ਯਾਰ ਮੈਂ ਨਾ ਕਿਸਮਤ ਨਹੀਂ ਕਰਨੀ, ਮੇਰੇ ਕੋਲ ਇੱਕ ਸਕ੍ਰਿਪਟ ਆਈ ਹੈ, ਮੈਂ ਤਾਂ ਆਹ ਫਿਲਮ ਪਹਿਲਾਂ ਕਰਨੀ। ਸੋ ਉਹਦਾ ਨਾ ਉਹਦਾ ਸ਼ੂਟ ਚੱਲ ਰਿਹਾ ਸੀਗਾ ਪਵਾੜਾ ਫਿਲਮ ਦਾ। ਤੇ ਮੈਂ ਫਿਰ ਉਹਨਾਂ ਨੂੰ ਮਿਲ ਲਿਆ 6 ਵਜੇ। ਮੈਂ ਅੰਮੀ ਕੋਲ ਪਵਾੜਾ ਦੇ ਸੈੱਟ 'ਤੇ ਗਿਆ, ਉਹਨੂੰ ਜਾ ਕੇ ਉੱਥੇ ਸਟੋਰੀ ਸੁਣਾਈ ਕਿ ਯਾਰ ਆਹ ਸਟੋਰੀ ਹੈ, ਮੈਂ ਕਰਨੀ ਹੈ ਨਾ। ਉਹਨਾਂ ਨੂੰ ਵੀ ਵਧੀਆ ਲੱਗੀ, ਐਮੀ ਨੂੰ ਵੀ ਵਧੀਆ ਲੱਗੀ, ਬਟ ਉਹ ਕਿਤੇ ਨਾ ਕਿਤੇ ਐਮੀ ਨਹੀਂ ਦੇਖਦਾ ਸੀ ਉਹਦੇ 'ਚ ਮੈਨੂੰ, ਕਿਉਂਕਿ ਉਹ ਛੋਟਾ ਹੀ ਏਜ ਦਾ ਕਰੈਕਟਰ ਸੀਗਾ। ਅਤੇ ਫਿਰ ਸਾਡੇ ਪ੍ਰੋਡਿਊਸਰ ਵੀ ਕਹਿਣ ਲੱਗ ਗਏ ਕਿ ਨਹੀਂ ਨਹੀਂ ਭਾਜੀ ਤੂੰ ਕਿਸਮਤ ਕਰ ਦਿਉ ਯੇ ਵੋ। ਫਿਰ ਅਸੀਂ ਪਹਿਲਾਂ ਕਿਸਮਤ ਪਲਾਨ ਕੀਤੀ ਕਿ ਚਲੋ ਪਹਿਲਾਂ ਕਿਸਮਤ ਕਰਦੇ ਹਾਂ, ਬਟ ਉਹ ਸਟੋਰੀ ਫਿਰ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਮੈਂ ਪਹਿਲਾਂ ਕਿਸਮਤ ਕਰੂੰਗਾ, ਉਸ ਤੋਂ ਬਾਅਦ ਅਗਲੀ ਫਿਲਮ ਮੈਂ ਇਹ ਕਰ ਲੂੰਗਾ। ਬਟ ਕੁਛ ਚੀਜ਼ਾਂ ਸੀਗੀਆਂ ਜੋ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਆਪਣੇ ਹਿਸਾਬ ਨਾਲ ਲਿਖੂੰਗਾ। ਸੋ ਤਾਂ ਉਹਨਾਂ ਨੂੰ ਪਹਿਲਾਂ ਤਾਂ ਸੀਗਾ ਕਿ ਨਹੀਂ ਸਰ, ਤਾਂ ਮੈਂ ਉਹਨਾਂ ਨੂੰ ਜੋ ਪ੍ਰੋਬਲਮ ਸੀ ਉਹ ਦੱਸਤੀ ਕਿ ਤੁਸੀਂ ਇਹਨੂੰ ਚੇਂਜ ਕਰ ਲਓ। ਫਿਰ ਉਹ ਕੁਛ ਲੈ ਕੇ ਆਇਆ, ਉਹ ਵਰਕ ਨਹੀਂ ਕਰ ਰਿਹਾ ਸੀਗਾ। ਸੋ ਫਿਰ ਮਤਲਬ ਫਾਈਨਲੀ ਇਹ ਡਿਸਾਈਡ ਹੋਇਆ ਕਿ ਮੈਂ ਕਿਹਾ ਕਿ ਯਾਰ ਮੈਂ ਕਲਾਈਮੈਕਸ ਚੇਂਜ ਕਰੂੰਗਾ। ਅੱਛਾ। ਜੋ ਕਲਾਈਮੈਕਸ ਹੈ ਉਹ ਮੈਨੂੰ ਨਹੀਂ ਪਸੰਦ, ਜੇ ਤੁਸੀਂ ਐਗਰੀ ਕਰੋਗੇ ਮੈਂ ਫਿਰ ਹੀ ਫਿਲਮ ਕਰੂੰਗਾ, ਨਹੀਂ ਤੁਸੀਂ ਇਹਨੂੰ ਕਿਤੇ ਹੋਰ ਲੈ ਜਾਓ, ਕਿਉਂਕਿ ਮੈਂ ਉਹਦੇ ਨਾਲ ਕਨਵਿੰਸ ਨਹੀਂ ਗਾ। ਫਿਰ ਉਹ ਬਹੁਤ ਚਿਰ ਪਈ ਰਹੀ ਮੇਰੇ ਕੋਲ ਸਕ੍ਰਿਪਟ, ਫਿਰ ਮੈਂ ਉੱਥੇ ਥੋੜ੍ਹਾ ਬਹੁਤ ਕੰਮ ਕੀਤਾ। ਫਿਰ ਮੈਂ ਇਮਤਿਆਜ਼ ਸਰ ਨੂੰ ਕੋਈ ਸਬਬ ਬਣਿਆ, ਮੈਂ ਉਹਨਾਂ ਨੂੰ ਫਿਲਮ ਸੁਣਾਈ। ਤਾਂ ਫਿਲਮ ਦੇ ਵਿੱਚ ਪਹਿਲਾਂ ਕਲਾਈਮੈਕਸ 'ਚ ਉਹ ਵੀ ਮੈਂ ਲਿਖਿਆ ਸੀਗਾ, ਉਹਨਾਂ ਦਾ ਕਲਾਈਮੈਕਸ ਕੁਛ ਹੋਰ ਸੀ। ਤਾਂ ਜੋ ਮੈਂ ਕਲਾਈਮੈਕਸ ਲਿਖਿਆ ਸੀ ਉਹਦੇ 'ਚ ਇਹ ਸੀਗਾ ਕਿ ਰੱਬੀ ਸੁਸਾਈਡ ਕਰਦਾ। ਅੱਛਾ। ਕਲਾਈਮੈਕਸ ਦੇ ਵਿੱਚ ਤੇ ਇਮਤਿਆਜ਼ ਸਰ ਨੂੰ ਸਟੋਰੀ ਵਧੀਆ ਲੱਗੀ, ਸੋ ਉਹਨਾਂ ਨੇ ਕਿਹਾ ਕਿ
ਕਿਉਂਕਿ ਉਦੋਂ ਹੀ ਸੁਸ਼ਾਂਤ ਰਾਜਪੂਤ ਨੇ ਸੁਸਾਈਡ ਕੀਤਾ ਸੀ, ਉਹਨਾਂ ਦਿਨਾਂ ਦੀ ਗੱਲ ਹੈ ਕੋਵਿਡ ਕਰਕੇ, ਅਤੇ ਉਹਨਾਂ ਨੇ ਕਿਹਾ ਕਿ ਯਾਰ ਇਹ ਸੁਸਾਈਡ ਹੈ ਨਾ, ਇਹ ਬਹੁਤ ਉਹ ਹੈ ਨੈਗੇਟਿਵ ਪੁਆਇੰਟ ਹੈ ਕਿ ਹਮ ਕਿਸੇ ਚੀਜ਼ ਕੋ ਗਲੋਰੀਫਾਈ ਕਰ ਰਹੇ ਹਾਂ, ਕਿਉਂਕਿ ਉਹਦਾ ਜਿਹੜਾ ਸੁਸਾਈਡ ਸੀਗਾ ਉਹ ਬਹੁਤ ਜ਼ਿਆਦਾ ਗਲੋਰੀਫਾਈ ਸੀਨ ਸੀਗਾ ਫਿਲਮ ਦੇ ਵਿੱਚ ਜਿਸ ਤਰੀਕੇ ਨਾਲ ਉਹ ਮੈਂ ਲਿਖਿਆ ਸੀ। ਤੋ ਕਹਿੰਦੇ ਕਿ ਉਸਕੋ ਦੇਖ ਸਕਤੇ ਹੈ, ਉਸਕਾ ਕੁਛ ਕਰ ਸਕਤੇ ਹੈ, ਬਾਕੀ ਫਿਲਮ ਵਧੀਆ ਹੈ। ਸੋ ਮੇਰੇ ਮਾਇੰਡ 'ਚ ਕਿਤੇ ਨਾ ਕਿਤੇ ਇੱਕ ਗੱਲ ਰਹਿ ਗਈ ਸੀਗੀ ਕਿ ਇਹਨੂੰ ਚੇਂਜ ਕਰਨਾ। ਦੈਨ ਫਿਰ ਮੈਂ ਫਿਲਮ ਤਾਪਸੀ ਨੂੰ ਸੁਣਾਈ, ਉਹਨਾਂ ਨੇ ਵੀ ਕੁਛ ਹੋਰ ਪੁਆਇੰਟ ਦੱਸਿਆ, ਮਤਲਬ ਕਲਾਈਮੈਕਸ ਨੂੰ ਲੈ ਕੇ। ਸੋ ਫਿਰ ਉਹ ਦੋਨੇ ਪੁਆਇੰਟ ਮਿਲਾ ਕੇ ਮੈਂ ਕਲਾਈਮੈਕਸ ਚੇਂਜ ਕੀਤਾ ਫਿਲਮ ਦਾ। ਸੋ ਫਿਰ ਐਂ ਹੌਲੀ ਹੌਲੀ ਅਸੀਂ ਫਿਲਮ ਲਿਖੀ। ਫਿਲਮ ਦਾ ਜੋ ਮੇਨ ਲੀਡ ਆ ਜਿਹੜਾ ਗੀਤਾਸ਼ ਭਾਜੀ ਉਹਨਾਂ ਨੇ ਪਲੇ ਕੀਤਾ, ਉਹ ਫਿਲਮ ਲੇਖਕ ਹੋਊਗਾ, ਇਹ ਤਰਸੇਮ ਉਹਨਾਂ ਦਾ ਆਈਡੀਆ ਸੀਗਾ ਉਸ ਕਹਾਣੀ ਦਾ ਪਹਿਲਾਂ ਤੋਂ ਪਾਰਟ ਸੀ ਜਾਂ ਇਹ ਤੁਹਾਡੀ ਇਨਪੁੱਟ ਸੀ? ਨਹੀਂ, ਇਹ ਪਹਿਲਾਂ ਤੋਂ ਸੀਗਾ, ਉਹ ਰਾਈਟਰ ਹੀ ਸੀਗਾ, ਉਹਨਾਂ ਨੇ ਹੀ ਲਿਖਿਆ ਸੀ। ਰਾਈਟ। ਐਂਡ ਇਹਦੇ ਵਿੱਚ ਕਿਉਂਕਿ ਗੀਤਾਸ਼ ਭਾਜੀ ਉਹਨਾਂ ਦੀ ਇਸ ਤੋਂ ਪਹਿਲਾਂ ਕੋਈ ਬਹੁਤ ਵੱਡੀ ਹਿੱਟ ਫਿਲਮ ਨਹੀਂ ਆਈ ਸੀ ਜਾਂ ਇੰਡਸਟਰੀ ਦੇ ਵਿੱਚ ਕੋਈ ਇੱਦਾਂ ਦੀ ਪਰਸੈਪਸ਼ਨ ਵੀ ਨਹੀਂ ਸੀਗੀ ਕਿ ਗੀਤਾਸ਼ ਬਹੁਤ ਵਧੀਆ ਆਰਟਿਸਟ ਆ ਅਤੇ ਉਹਨੂੰ ਕੰਮ ਮਿਲਣਾ ਚਾਹੀਦਾ ਜਾਂ ਕੁਛ ਵੀ। ਮਤਲਬ ਉਹ ਆਪ ਵੀ ਉਹ ਆਪਣੀ ਉਹਦੇ 'ਤੇ ਚੱਲ ਰਹੇ ਸੀ, ਆਪਣੀ ਚਾਲ ਚੱਲ ਰਹੇ ਸੀਗੇ ਕਿ ਜੋ ਆਊਗਾ ਤਾਂ ਠੀਕ ਆ, ਹੈ ਨਾ। ਉਹਨਾਂ ਵੱਲੋਂ ਵੀ ਸ਼ਾਇਦ ਉਨੀਆਂ ਐਫਰਟਸ ਨਹੀਂ ਸੀਗੀਆਂ ਅਤੇ ਇਸ ਫਿਲਮ ਤੋਂ ਬਾਅਦ ਉਹਨਾਂ ਨੇ ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਪਰ ਉਹ ਇੱਕ ਵਾਰੀ ਆਰਟਿਸਟ ਨੂੰ ਲੈ ਕੇ ਆਉਣਾ ਫਿਲਮ ਦੇ ਵਿੱਚ, ਉਹਦੇ ਪਿੱਛੇ ਤੁਹਾਡਾ ਕੀ ਥੋਟ ਸੀਗਾ? ਕਿਉਂਕਿ ਐਮੀ ਭਾਜੀ ਉਸ ਕਰੈਕਟਰ ਲਈ ਜਾ ਨਹੀਂ ਸੀ ਸਕਦੇ ਕਿਉਂਕਿ ਉਹ 10ਵੀਂ 12ਵੀਂ ਦਾ ਬੱਚਾ ਦਿਖਾਉਣਾ ਸੀਗਾ। ਸੋ ਗੀਤਾਸ਼ ਹੁਣਾਂ ਨੂੰ ਤੁਸੀਂ ਕਿੱਦਾਂ ਪਿੱਚ ਕੀਤਾ? ਐਕਚੁਲੀ ਉਹ ਫਿਲਮ ਮੈਂ ਸਰਗੁਣ ਨੂੰ ਸੁਣਾਈ ਸੀ, ਤਾਂ ਸਰਗੁਣ ਕੀਨ ਸੀ ਉਹ ਫਿਲਮ ਕਰਨ ਨੂੰ ਕਿ ਮੈਂ ਫਿਲਮ ਕਰਨੀ ਹੈ। ਸੋ ਅਸੀਂ ਦੋ ਤਿੰਨ ਆਰਟਿਸਟ ਹੈ ਜਿਵੇਂ ਹਾਰਡੀ ਬਾਈ, ਉਹਨਾਂ ਨੂੰ ਮੈਂ ਚਾਹੁੰਦਾ ਸੀ ਕਿ ਮੈਂ ਫਿਲਮ ਸੁਣਾਵਾਂ, ਅਤੇ ਉਹ ਮੈਂ ਸੁਣਾਈ ਨਹੀਂ ਪਾਇਆ, ਮਤਲਬ ਸਬੱਬ ਹੀ ਨਹੀਂ ਬਣਿਆ ਉਸ ਤਰੀਕੇ ਦਾ। ਸੋ ਫਿਰ ਮਨਿੰਦਰ ਬੁੱਟਰ ਸੋਚਿਆ ਸੀਗਾ, ਹੈ ਨਾ। ਤਾਂ ਬੁੱਟਰ ਬਹੁਤ ਜ਼ਿਆਦਾ ਸ਼ੋਰ ਨਹੀਂ ਸੀਗਾ ਕਿ ਫਿਲਮ ਕਰਨੀ ਹੈ ਕਿ ਨਹੀਂ ਕਰਨੀ। ਸੋ ਬਹੁਤ ਸਾਰੇ ਸਿੰਗਰਸ ਦਾ, ਕਿਉਂਕਿ ਉਹਨਾਂ ਦਾ ਆਪਦਾ ਕੈਰੀਅਰ ਚੱਲ ਰਿਹਾ ਹੁੰਦਾ ਔਰ ਹੁੰਦੇ ਤਾਂ ਉਹ ਸਿੰਗਰ ਹੀ ਹੈ। ਸੋ ਐਕਟਿੰਗ ਕਰਨਾ ਔਰ ਪਿੱਛੇ ਬਹੁਤ ਸਾਰਿਆਂ ਦਾ ਕੈਰੀਅਰ ਖਰਾਬ ਵੀ ਹੋਇਆ ਫਿਲਮਾਂ ਕਰਕੇ। ਸੋ ਇੱਕ ਆਪਦਾ ਕੰਫਰਟ ਚਾਹੀਦਾ ਹੁੰਦਾ। ਤਾਂ ਮੈਨੂੰ ਇਹ ਸੀਗਾ ਕਿ ਮੈਂ ਉਹਨੂੰ ਬਹੁਤ ਜ਼ਿਆਦਾ ਪੁਸ਼ ਨਹੀਂ ਕਰੂੰਗਾ, ਬਟ ਜੇ ਉਹ ਆਪ ਹੱਥ ਫੜਾਉਣਾ ਚਾਹੂਗਾ ਤਾਂ ਮੈਂ ਫੜੂੰਗਾ। ਸੋ ਮੈਨੂੰ ਸੀਗਾ ਕਿ ਜੇ ਮੈਂ ਇਹਨੂੰ ਬਹੁਤ ਧੱਕਾ ਮਾਰ ਕੇ ਕਿ ਨਹੀਂ ਨਹੀਂ ਕਰ ਲਾ ਕਰ ਲਾ, ਸੋ ਪਤਾ ਨਹੀਂ ਫਿਰ ਇਹ ਖੁਸ਼ ਹੋ ਕੇ ਕਰ ਪਾਊਗਾ ਕਿ ਨਹੀਂ ਕਰ ਪਾਊਗਾ। ਸੋ ਉਦੋਂ ਅਸੀਂ ਸੋਚਿਆ ਸੀਗਾ ਕਿ ਜੇ ਮਨਿੰਦਰ ਕਰਦਾ ਤਾਂ ਫਿਲਮ ਦਾ ਟਾਈਟਲ ਅਸੀਂ ਲਾਰੇ ਰੱਖਾਂਗੇ, ਜਿਵੇਂ ਕਿਸਮਤ ਗਾਣਾ ਆਇਆ ਸੀਗਾ, ਫਿਰ ਕਿਸਮਤ ਸਰਗੁਣ ਲਾਰੇ ਤਾਂ ਲਾਰਾ, ਔਰ ਲਾਰੇ ਟਾਈਟਲ ਜਾਂਦਾ ਵੀ ਸੀ। ਬਟ ਚਲੋ ਫਿਰ ਬੁੱਟਰ ਨਹੀਂ ਮਨ ਬਣਾ ਪਾਇਆ, ਹੈ ਨਾ। ਸੋ ਕੋਈ ਸਟਰੋਂਗਲੀ ਕੋਈ ਬੰਦਾ ਫਿੱਟ ਨਹੀਂ ਹੋ ਰਿਹਾ ਸੀਗਾ, ਮਤਲਬ ਕਿ ਇਹਦੇ ਨਾਲ ਹੀ ਫਿਲਮ ਕਰਨੀ ਹੈ ਉਹ ਮਾਇੰਡ ਦੇ ਵਿੱਚ ਆ ਨਹੀਂ ਰਿਹਾ ਸੀ ਵੀ ਕਿਹਦੇ ਨਾਲ ਕਰਨੀ ਹੈ। ਫਿਰ ਅਸੀਂ ਕਿਸਮਤ ਦਾ ਜਦੋਂ ਸਾਡਾ ਸ਼ੂਟ ਖਤਮ ਹੁੰਦਾ, ਅਸੀਂ ਫਾਈਨਲ ਪੈਕਅਪ ਹੁੰਦਾ, ਡਿਨਰ ਲਈ ਬਾਹਰ ਜਾਂਦੇ ਹਾਂ, ਰਾਤ ਨੂੰ ਅਸੀਂ ਡਿਨਰ ਤੋਂ ਵਾਪਸ ਆ ਰਹੇ ਸੀ, ਤਾਂ ਮੈਂ ਗੱਡੀ ਦੇ ਵਿੱਚ ਨਾ ਯੂਟਿਊਬ ਖੋਲਿਆ ਔਰ ਯੂਟਿਊਬ ਦੇ ਵਿੱਚ ਗੀਤਾਸ਼ ਦਾ ਜੋ ਬਿੰਦਰਖੀਆ ਸਾਹਿਬ ਨੂੰ ਗਾਣਾ ਡੈਡੀਕੇਟਡ ਹੈ ਕਿ ਕਿੱਥੋਂ ਕਰ ਲਉਂ ਰੀਸ ਮੈਂ ਤਾਂ ਤੇਰੇ ਪੈਰਾਂ ਵਰਗਾ, ਹੈ ਨਾ, ਤਾਂ ਉਹ ਟੀਜ਼ਰ ਸਾਹਮਣੇ ਆਇਆ।
ਗੀਤਾਂ ਅੱਜ ਮੇਰਾ ਮਤਲਬ ਅਸੀਂ ਬਹੁਤ ਤਾਂ ਨਹੀਂ ਮਿਲਦੇ ਬਟ ਸਾਡੀ ਇੱਕ ਵਧੀਆ ਜੀ ਇੱਕ ਅੰਡਰਸਟੈਂਡਿੰਗ ਹੈਗੀ ਹੈ। ਕਈ ਵਾਰੀ ਸਾਲ ਸਾਲ ਵੀ ਨਹੀਂ ਮਿਲਦੇ, ਮਤਲਬ ਐਂ ਵੀ ਟਾਈਮ ਟੱਪਿਆ ਤਾਂ ਉਦੋਂ ਵੀ ਮੈਨੂੰ ਉਹਨੂੰ ਮਿਲੇ ਸਾਲ ਡੇਢ ਸਾਲ ਹੋ ਗਿਆ ਸੀਗਾ। ਅੱਛਾ, ਤਾਂ ਮੈਨੂੰ ਲੱਗਿਆ ਕਿ ਯਾਰ ਆਪਾਂ ਨਾ ਜਿਵੇਂ ਹਰ ਬੰਦਾ ਇੰਡਸਟਰੀ 'ਚ ਬਿਜ਼ੀ ਇੰਨਾ, ਤੁਹਾਡੇ ਨਾਲ ਦੇ ਕਦੋਂ ਪਿੱਛੇ ਰਹਿ ਜਾਂਦੇ ਆ, ਉਹ ਕਿਸ ਹਾਲ 'ਚ ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ। ਤਾਂ ਮੈਂ ਸੋਚਿਆ ਕਿ ਚੱਲ ਇਹਨੂੰ ਪੁੱਛਦਾ ਹੈ ਵੀ ਕਿਵੇਂ ਹੈ, ਕੀ ਚੱਲ ਰਿਹਾ ਹੈ, ਹਨਾ, ਵੀ ਇਹ ਮੁੰਡਾ ਦੇਖਦਾ ਹੀ ਨਹੀਂ ਗਾ ਯਾਰ, ਇਹਦੇ ਗਾਣੇ ਗੁਣੇ ਵੀ ਨਹੀਂ ਆ ਰਹੇ। ਮੈਂ ਉਹਨੂੰ ਮੈਸੇਜ ਕੀਤਾ ਔਰ ਉਹ ਅੱਗੋਂ ਜਾਗ ਰਿਹਾ ਸੀਗਾ। ਅੱਛਾ, ਸੋ ਮੈਨੂੰ ਪਹਿਲੀ ਗੱਲ ਤਾਂ ਉਹ ਬੜਾ ਵਧੀਆ ਲੱਗਿਆ, ਮੈਂ ਉਹਨੂੰ ਮਤਲਬ ਕਿ ਇੰਨੀ ਰਾਤ ਨੂੰ ਇੰਡੀਆ ਦੇ 4 ਵੱਜ ਰਹੇ ਸੀ, ਉਦੋਂ ਉਹਦੇ ਰਿਪਲਾਈ ਆ ਗਿਆ। ਮੈਂ ਉਹਨੂੰ ਪੁੱਛਿਆ ਤੂੰ ਕੀ ਕਰ ਰਿਹਾ ਯੇ ਵੋ, ਅਤੇ ਉਹਨੇ ਨੋਰਮਲ ਕਿ ਹਾਂ ਠੀਕ ਹੈ ਚੱਲ ਰਿਹਾ ਯੇ ਵੋ। ਪਤਾ ਨਹੀਂ ਮੈਨੂੰ ਕੀ ਸਟ੍ਰਾਈਕ ਹੋਇਆ ਕਿ ਯਾਰ ਵੀ ਇਹ ਕਰੇ ਕਰੈਕਟਰ ਤਾਂ ਕਿਵੇਂ ਰਹੂਗਾ, ਕਿਉਂਕਿ ਉਦੋਂ ਮੇਰੇ ਮਾਇੰਡ 'ਚ ਚੱਲ ਰਿਹਾ ਸੀ ਕਿਸਮਤ ਖਤਮ ਹੋ ਗਈ, ਸੋ ਇਸ ਫਿਲਮ 'ਤੇ ਸ਼ਿਫਟ ਕਰਨਾ, ਮੁੰਡਾ ਹੈ ਨਹੀਂ ਹੈ, ਕੌਣ ਕਰੂਗਾ। ਤਾਂ ਮੈਂ ਬਹੁਤਾ ਸੋਚਿਆ ਨਹੀਂ, ਮਤਲਬ ਮੈਨੂੰ ਮਨ 'ਚ ਆਇਆ ਕਿ ਠੀਕ ਹੈ ਜੀ ਪਾ ਦਿਉ। ਤਾਂ ਮੈਂ ਉਹਨੂੰ ਪੋਸਟਰ ਬਣਾਇਆ ਆਪ ਹੀ ਫੋਨ 'ਤੇ ਹੀ ਬਣਾ ਕੇ ਉਹ ਸ਼ੇਅਰ ਕਰਤਾ ਔਰ ਲਿਖਤਾ ਕਿ ਮੇਰੀ ਨੈਕਸਟ ਫਿਲਮ ਗੀਤਾ ਰਾਜਿੰਦਰ ਦੇ ਲਈ ਸਰਪ੍ਰਾਈਜ਼ ਸੀ। ਹਾਂ, ਮੈਂ ਉਹਨੂੰ ਪਾ ਕੇ ਫਿਰ ਮੈਂ ਉਹਨੂੰ ਕਿਹਾ ਇੰਸਟਾਗ੍ਰਾਮ 'ਤੇ ਨਾ ਮੈਂ ਕੁਛ ਪਾਇਆ ਤੂੰ ਦੇਖ, ਅਤੇ ਉਹਨੇ ਵੀ ਦੇਖਿਆ, ਉਹ ਵੀ ਬੜਾ ਹੈਰਾਨ ਹੋਇਆ। ਉਹ ਮੈਨੂੰ ਫੋਨ ਕਰੇ, ਮੈਂ ਉਹਨੂੰ ਫੋਨ ਨਹੀਂ ਚੱਕਿਆ, ਮੈਂ ਕਿਹਾ ਤੂੰ ਨਾ ਮੈਸੇਜ 'ਤੇ ਗੱਲ ਕਰ। ਮੈਂ ਉੱਥੇ ਪਹੁੰਚਿਆ, ਉਹ ਅਸੀਂ ਡਿਨਰ ਕਰਕੇ ਵਾਪਸ ਜਿੱਥੇ ਰੁਕੇ ਹੋਏ ਸੀ, ਅਸੀਂ ਇੱਕ ਹੋਸਪਿਟਲ ਸੀਗਾ, ਤਾਂ ਅਸੀਂ ਹੋਸਪਿਟਲ ਦੇ ਵਿੱਚ ਹੀ ਰੁਕੇ ਸੀ ਜਿਹੜਾ ਕਿਸਮਤ 2 'ਚ ਦਿਖਾਇਆ। ਅੱਛਾ, ਸਟੇ ਵੀ ਅਸੀਂ ਹੋਸਪਿਟਲ ਦੇ ਕਮਰਿਆਂ 'ਚ ਕੀਤਾ ਸੀ, ਉਸ ਫਿਲਮ 'ਚ ਉੱਥੇ ਸ਼ੂਟ ਕਰਦੇ ਸੀ, ਉੱਥੇ ਰਹਿ ਰਹੇ ਸੀ। ਓਕੇ, ਤਾਂ ਮੈਂ ਅੰਮੀ ਨੂੰ ਜਾ ਕੇ ਦਿਖਾਇਆ ਉਹ, ਅਤੇ ਅੰਮੀ ਮੈਨੂੰ ਕਹਿੰਦਾ ਤੈਨੂੰ ਠੀਕ ਲੱਗਦਾ, ਮੈਂ ਕਹਿੰਦਾ ਠੀਕ ਹੈ ਫਿਰ ਕੋਈ ਨਹੀਂ ਚੱਕਦੇ ਫੱਟੇ ਜੇ ਵੋ, ਉਹਨੇ ਥੋੜ੍ਹੀ ਅੱਲਾਸ਼ੇਰੀ ਜੀ ਦੇਤੀ। ਅਤੇ ਇੱਕ ਬੜਾ ਸਰਪ੍ਰਾਈਜ਼ਿੰਗ ਗੱਲ ਹੈ, ਮੈਂ ਕਦੇ ਨਹੀਂ ਕਿਤੇ ਦੱਸੀ, ਕਿ ਨਾ ਮੈਂ ਉੱਥੇ ਕੋਰੀਡੋਰ ਸੀਗਾ ਰਾਤ ਦੇ 4, ਮਤਲਬ ਇੰਡੀਆ ਦੇ 4 ਵੱਜ ਰਹੇ ਸੀ, ਉੱਥੇ 11:30 ਕੁਛ ਐਂ ਜਿਹਾ ਟਾਈਮ ਹੋ ਗਿਆ ਸੀਗਾ, ਅਤੇ ਮੈਂ ਬੈਠਾ ਗੀਤਾਜ ਨਾਲ ਹੀ ਮੈਸੇਜ 'ਚ ਗੱਲ ਕਰ ਰਿਹਾ ਸੀ। ਤੁਸੀਂ ਇੱਕ ਇਮੋਸ਼ਨ ਬਹਾਵ ਦੇ ਵਿੱਚ ਬਹਿ ਕੇ ਕੋਈ ਸਟੈਪ ਲੈ ਲੈਂਦੇ ਹੋ, ਸੋ ਮੇਰੇ ਲਈ ਉਵੇਂ ਸੀਗਾ ਉਹ, ਪਰ ਉਹ ਥੋੜ੍ਹੇ ਟਾਈਮ ਬਾਅਦ ਤੁਹਾਡਾ ਉਹ ਇਮੋਸ਼ਨ ਟੁੱਟਦਾ ਹੈ, ਤੁਸੀਂ ਉਹਦੇ 'ਚੋਂ ਬਾਹਰ ਆਉਂਦੇ ਹੋ। ਤਾਂ ਮੈਨੂੰ ਲੱਗਿਆ ਕਿ ਯਾਰ ਤੂੰ ਇਹ ਪਾ ਤਾਂ ਦਿੱਤਾ, ਇਹ ਮੁੰਡੇ 'ਤੇ ਪੈਸਾ ਕੌਣ ਲਾਊਗਾ, ਪਰ ਇਹਦੇ ਨਾਲ ਹੀਰੋਇਨ ਕਿਹੜੀ ਕੰਮ ਕਰੂਗੀ। ਤਾਂ ਮੈਂ ਉੱਥੇ ਬੈਠਾ ਨਾ, ਉਹ ਮੇਰੇ ਫੋਨ 'ਚ ਹੈਗਾ, ਮੈਂ ਤੁਹਾਨੂੰ ਦਿਖਾਊਂਗਾ ਵੀਡੀਓ। ਤਾਂ ਕੋਰੀਡੋਰ 'ਚ ਨਾ ਪੂਰਾ ਹਨੇਰਾ ਸੀ। ਅੱਛਾ, ਸੋ ਮੈਂ ਬੈਠਾ ਔਰ ਮੇਰੇ ਦਿਮਾਗ 'ਚ ਡਾਊਟ ਆਇਆ ਵੀ ਕੀ ਹੋਊਗਾ। ਤਾਂ ਮੈਂ ਇੰਸਟਾਗ੍ਰਾਮ 'ਤੇ ਨਾ ਬਿੰਦਰਾਕੀਆ ਸਾਹਿਬ ਦੀ ਫੋਟੋ ਪਾਈ ਸੀ ਉਦੋਂ ਪੋਸਟ 'ਚ, ਅਤੇ ਮੈਂ ਪੋਸਟ 'ਚ ਪਾ ਕੇ ਲਿਖਿਆ ਸੀਗਾ ਵੀ ਕੁਛ ਤਾਂ ਐਂ ਜਿਹਾ ਲਿਖਿਆ ਸੀਗਾ ਵੀ ਪਤਾ ਨਹੀਂ ਇਹ ਸਹੀ ਹੈ ਗਲਤ ਹੈ ਜੋ ਵੀ ਹੈ, ਬਟ ਤੁਸੀਂ ਸਾਂਭ ਲਿਓ। ਔਰ ਸਡਨਲੀ ਰਾਤ ਨੂੰ 2 ਵਜੇ ਪੂਰਾ ਕੋਰੀਡੋਰ ਲਾਈਟੋ ਲਾਈਟ ਹੋ ਗਿਆ, ਅਤੇ ਮੈਂ ਇੱਕੇ ਦਮ ਐਂ ਦੇਖਿਆ ਤਾਂ ਇੱਕ ਗੋਰਾ ਸੀਗਾ, ਉਹਨੇ ਆ ਕੇ ਉਹ ਲਾਈਟ ਜਗਾਈ ਔਰ ਵਿਦ ਇਨ 30 ਸੈਕਿੰਡ ਦੁਬਾਰਾ ਸਾਰੀ ਲਾਈਟ ਬੰਦ ਹੋ ਗਈ। ਕੁਛ ਨੀ ਹੁੰਦਾ, ਇਹ ਵਧੀਆ ਹੀ ਹੋਊਗਾ ਜੋ ਕੁਛ ਹੋਊਗਾ। ਫਿਰ ਮੈਂ ਸਰਗੁਣ ਨੂੰ ਕਿਹਾ ਵੀ, ਸਰਗੁਣ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਤਾਜ ਹੈ ਕੌਣ,
ਅੱਛਾ ਤੇ ਮੈਂ ਉਹਨੂੰ ਕਿਹਾ ਵੀ ਯਾਰ ਮੈਂ ਆਹ ਮੁੰਡੇ ਨਾਲ ਫਿਲਮ ਕਰਨੀ ਹੈ, ਤੂੰ ਦੇਖ ਲਾ ਤੂੰ ਕਰਨੀ ਹੈ ਕਿ ਨਹੀਂ ਕਰਨੀ। ਅਤੇ ਕਿਉਂਕਿ ਮੈਂ ਸਰਗੁਣ ਨੂੰ, ਸੋਨਮ ਨੂੰ ਅਤੇ ਨੀਰੂ ਮੈਮ ਨੂੰ ਤਿੰਨਾਂ ਨੂੰ ਸਕ੍ਰਿਪਟ ਸੁਣਾਈ ਹੋਈ ਸੀ, ਤਿੰਨਾਂ ਨੂੰ ਵਧੀਆ ਲੱਗਦੀ ਸੀ। ਅੱਛਾ ਸਭ ਤੋਂ ਪਹਿਲਾਂ ਸਰਗੁਣ ਨੂੰ ਸੁਣਾਈ ਸੀ ਤਾਂ ਮੇਰੀ ਫਸਟ ਚੋਇਸ ਹੋਈ ਸੀਗੀ। ਸੋਨਮ ਨੂੰ ਮੈਂ ਉੱਥੇ ਹੀ ਸੁਣਾਈ, ਮੈਂ ਕਿਹਾ ਯਾਰ ਆਹ ਕਰਕੇ ਨਾ ਆਏ ਐਂ ਕਰਕੇ ਇੱਕ ਮੈਂ ਪੰਗਾ ਲਿਆ। ਉਦੋਂ ਅਸੀਂ ਕਿਉਂਕਿ ਸੋਨਮ ਉੱਥੇ ਸਿੱਧੂ ਬਾਈ ਦਾ ਗਾਣਾ ਕਰਨ ਆਈ ਸੀਗੀ ਸ਼ੂਟ, ਅਤੇ ਅਸੀਂ ਇਕੱਠੇ ਹੋ ਗਏ ਸੀਗੇ ਅਤੇ ਕੋਵਿਡ ਲੱਗ ਗਿਆ ਸੀਗਾ, ਫਲਾਈਟਾਂ ਬੰਦ ਸੀ ਤਾਂ ਅਸੀਂ ਇੱਕੋ ਹੀ ਹੋਟਲ 'ਚ ਰੁਕੇ ਸੀ। ਤਾਂ ਉੱਥੇ ਮੈਂ ਸੋਨਮ ਨੂੰ ਕਿਹਾ ਕਿ ਯਾਰ ਆਏ ਐਂ ਕਰਕੇ ਮੈਂ ਇੱਕ ਪੰਗਾ ਲੈ ਲਿਆ, ਇਹ ਮੁੰਡੇ ਨਾਲ ਪਤਾ ਨਹੀਂ ਕੋਈ ਫਿਲਮ ਕਰੂਗਾ ਨਹੀਂ ਕਰੂਗਾ, ਮੈਂ ਤੈਨੂੰ ਸਟੋਰੀ ਸੁਣਾਉਂਦਾ। ਤਾਂ ਮੈਂ ਉਹਨੂੰ ਸਟੋਰੀ ਸੁਣਾਈ ਤਾਂ ਉਹ ਕਹਿੰਦੀ ਮੈਂ ਕਰ ਲੂੰਗੀ। ਮੈਂ ਕਿਹਾ ਮੈਂ ਸਰਗੁਣ ਨੂੰ ਪਹਿਲਾਂ ਸੁਣਾਈ ਦੀ ਹੈ, ਸੋ ਪਹਿਲ ਉਹਦੀ ਹੈ, ਜੇ ਉਹਨੇ ਨਹੀਂ ਕਰਿਆ ਉਹ ਕਹਿੰਦੀ ਵੀ ਮੈਂ ਕਰ ਲੂੰਗੀ 100%। ਤਾਂ ਮੈਨੂੰ ਐਂ ਹੋ ਗਿਆ ਕਿ ਯਾਰ ਇਹ ਵਧੀਆ ਗੱਲ ਹੈ ਵੀ ਇਹ ਕਰ ਲੂਗੀ। ਔਰ ਕਿਤੇ ਨਾ ਕਿਤੇ ਨੀਰੂ ਮੈਮ ਨਾਲ ਵੀ ਮੇਰੀ ਗੱਲ ਚੱਲ ਰਹੀ ਸੀ, ਤਾਂ ਉਹਨਾਂ ਨੇ ਵੀ ਮੈਨੂੰ ਕਹਿ ਰੱਖਿਆ ਸੀ ਕਿ ਮੈਂ ਕਰ ਲੂੰ। ਸੋ ਇਹ ਸਾਰਾ ਕੁਛ ਹੋਇਆ। ਗੀਤਾਜ ਨੇ ਨਾ ਆਪਦੀ ਫੈਮਿਲੀ ਦਾ ਇੱਕ ਗਰੁੱਪ ਬਣਿਆ ਹੋਇਆ, ਉਹਦੇ 'ਚੋਂ ਫੋਟੋ ਪਾ ਤੀ ਉਹ ਮੂੰਹ ਵਾਲੀ। ਅੱਛਾ। ਉਦਨ ਮਦਰਸ ਡੇ ਸੀਗਾ ਤਾਂ ਉਹਨਾਂ ਦੀ ਮਦਰ ਨੇ ਦੇਖਿਆ ਤਾਂ ਉਹਨੂੰ ਲੱਗਿਆ ਕਿ ਇਹਨੇ ਮਦਰ ਪੂਰਾ ਕਿਉਂ ਨਹੀਂ ਲਿਖਿਆ, ਉਹਨਾਂ ਨੇ ਧਿਆਨ ਨਹੀਂ ਦਿੱਤਾ। ਫਿਰ ਗੀਤਾਜ ਦੀ ਸਿਸਟਰ ਨੇ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਇੱਕ ਫਿਲਮ ਆਈ ਹੈ ਕਰਕੇ, ਹੈ ਨਾ, ਅਤੇ ਉਹਨਾਂ ਨੂੰ ਵੀ ਉਹ ਯਕੀਨ ਨਹੀਂ ਹੋਇਆ ਬੜਾ। ਸੋ ਉਦੋਂ ਗੀਤਾਜ ਇਹ ਪਲਾਨਿੰਗ ਕਰ ਰਿਹਾ ਸੀਗਾ ਕਿ ਮੈਂ ਕੈਨੇਡਾ ਮੂਵ ਹੋ ਜਾਣਾ, ਫਿਰ ਉੱਥੋਂ ਕੰਮ ਕੁੰਮ ਕਰੂੰਗਾ। ਤਾਂ ਉਹਨਾਂ ਨੂੰ ਜਦੋਂ ਮੈਂ ਮਿਲਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਗੀਤਾਜ ਕੈਨੇਡਾ ਮੂਵ ਹੋ ਜਾਵੇ, ਉਹਨਾਂ ਦੇ ਮਦਰ ਨੇ। ਹਾਂ, ਅਤੇ ਮੈਂ ਪਹਿਲੀ ਵਾਰ ਕਹਿੰਦੇ ਮੈਂ ਸੁਰਜੀਤ ਦੀ ਫੋਟੋ ਨੂੰ ਕਿਹਾ ਵੀ ਸੁਰਜੀਤ ਇਹ ਗਲਤ ਹੋ ਰਿਹਾ। ਸੋ ਉਹਨਾਂ ਦਾ ਉਹ ਇੰਸੀਡੈਂਟ ਕਹਿਣਾ ਔਰ ਮੇਰਾ ਉਸੇ ਦਿਨ ਪੋਸਟ ਪਾ ਦੇਣਾ ਔਰ ਉਹ ਲਾਈਟ ਦਾ ਜਗਣਾ, ਤਾਂ ਉਹ ਕੁਛ ਤਾਂ ਐਨਰਜੀ ਸੀਗੀ ਕਿ ਜੋ ਫਿਲਮ ਕਰਾਉਣਾ ਚਾਹੁੰਦੇ ਸੀ। ਤਾਂ ਫਿਰ ਉਹਨਾਂ ਨੇ ਪੁੱਛਿਆ ਵੀ ਹੀਰੋਇਨ ਕੌਣ ਹੈ, ਤਾਂ ਗੀਤਾਜ ਨੇ ਉਹਨਾਂ ਨੂੰ ਦੱਸਿਆ ਵੀ ਐਂ ਗੱਲ ਚੱਲ ਰਹੀ ਹੈ। ਤਾਂ ਉਹ ਕਹਿੰਦੇ ਵੀ ਸਰਗੁਣ ਹੋ ਜਾਵੇ ਤਾਂ ਚਲੋ ਵਧੀਆ ਹੈ, ਹੈ ਨਾ, ਵੀ ਕਿਉਂਕਿ ਉਹਨਾਂ ਨੂੰ ਥੋੜ੍ਹਾ ਜਿਹਾ ਆਈਡੀਆ ਸੀ ਸਟੋਰੀ ਦਾ, ਗੀਤਾਜ ਨੂੰ ਮੈਂ ਦੱਸੀ ਸੀ, ਉਹਨਾਂ ਨੇ ਉਹਨੂੰ ਦੱਸ ਦਿੱਤੀ। ਅਤੇ ਫਿਰ ਮੈਂ ਸਰਗੁਣ ਨੂੰ ਮਿਲਿਆ, ਉਹ ਕਹਿੰਦੀ ਮੈਨੂੰ ਥੋੜ੍ਹਾ ਟਾਈਮ ਦੇ ਤੂੰ। ਮੈਂ ਕਿਹਾ ਠੀਕ ਹੈ ਤੂੰ ਟਾਈਮ ਲੈ ਲਾ। ਫਿਰ ਹਫ਼ਤਾ ਟੱਪ ਗਿਆ, ਫਿਰ ਮੈਂ ਉਹਨੂੰ ਦੁਬਾਰਾ ਪੁੱਛਿਆ ਵੀ ਯਾਰ ਤੂੰ ਦੱਸ, ਕਿਉਂਕਿ ਮੈਂ ਲੌਕ ਕਰਨਾ, ਫਿਰ ਐਂ ਨਾ ਹੋਵੇ ਕਿ ਕੋਈ ਆਵੇ ਨਾ ਤਾਂ ਮੈਂ ਫਸ ਜੂੰਗਾ। ਫਿਰ ਉਹ ਕਹਿੰਦੀ ਮੈਨੂੰ ਫਿਲਮ ਸੁਣਾ ਇੱਕ ਵਾਰੀ ਦੁਬਾਰਾ। ਫਿਰ ਮੈਂ ਉਹਨੂੰ ਦੁਬਾਰਾ ਫਿਲਮ ਸੁਣਾਈ ਅਤੇ ਉਹ ਮੈਨੂੰ ਕਹਿੰਦੀ ਵੀ ਯਾਰ ਮੈਂ ਕਰੂੰਗੀ, ਬਸ ਤੂੰ ਹੁਣ ਮੈਨੂੰ ਪੁੱਛੀ ਨਾ, ਇੱਥੇ ਖਤਮ, ਆਪਣਾ ਡਨ ਹੈ। ਸੋ ਐਂ ਸਰਗੁਣ ਔਨ ਬੋਰਡ ਆ ਗਈ, ਜਾਨੀ ਹੋਰੀ ਹਮੇਸ਼ਾ ਨਾਲ ਹੁੰਦੇ ਹੀ ਹੈ। ਤਾਂ ਫਿਰ ਮੈਨੂੰ ਲੱਗਿਆ ਸੀਗਾ ਕਿ ਯਾਰ ਜਾਨੀ ਹੈ, ਸਰਗੁਣ ਹੈ, ਮੈਂ ਹੈ, ਅਤੇ ਹੁਣ ਫਿਲਮ ਤਾਂ ਬਣ ਜੂਗੀ। ਸੋ ਫਿਰ ਪ੍ਰੋਡਿਊਸਰ ਵੀ ਆ ਗਏ, ਫਿਰ ਫਿਲਮ ਬਣੀ। ਆਈ ਥਿੰਕ ਗੀਤਾਜ ਵਾਲਾ ਤੁਹਾਡਾ ਬੈਸਟ ਡਿਸੀਜਨ ਸੀਗਾ, ਐਂਡ ਜਿੰਨੇ ਕਨਵਿੰਸਿੰਗ ਤਰੀਕੇ ਨਾਲ ਉਹਨਾਂ ਨੇ ਇਹ ਕਰੈਕਟਰ ਪਲੇਅ ਕੀਤਾ, ਮੈਨੂੰ ਲੱਗਦਾ ਹੈ ਕਿ ਉਹ ਇੱਕ 12ਵੀਂ 'ਚ ਪੜ੍ਹਦੇ 18 ਸਾਲ ਦੇ ਮੁੰਡੇ 'ਚ ਜਿੰਨੀ ਇਨੋਸੈਂਸ ਹੋਣੀ ਚਾਹੀਦੀ ਆ, ਆਈ ਗੈਸ ਉਹਨਾਂ ਨੇ ਉਹ ਉੱਨੀ ਉਹ ਡਿਲੀਵਰ ਕੀਤੀ। ਜਾਂ ਉਹਨਾਂ ਦੀ ਇੱਕ ਬੋਡੀ ਲੈਂਗੁਏਜ, ਜਿੱਥੇ ਐਮ ਬੀ ਹੁਣੀ ਕਿਸੇ ਕੁੜੀ ਨੂੰ ਪਸੰਦ ਕਰਦੇ ਹੁੰਦੇ ਆ ਸਕੂਲ 'ਚ ਅਤੇ ਉਹ ਕਹਿ ਨਹੀਂ ਪਾਉਂਦੇ, ਹੈ ਨਾ, ਤਾਂ ਉਹ ਜਿਸ ਬੋਡੀ ਉਹਨਾਂ ਦੀ ਪਿੱਠ ਦਾ ਸ਼ੋਟ ਆ, ਪਰ ਉਹ ਜਿਸ ਤਰੀਕੇ ਨਾਲ ਖੜ੍ਹੇ ਉੱਥੇ ਉਹਨਾਂ ਨਾਲ ਗੱਲ ਕਰ ਰਹੇ ਨੇ, ਹੱਥ ਉਹਨਾਂ ਦੇ ਜਾਂ ਪਿੱਛੇ ਬੈਗ ਪਾਇਆ, ਜੋ ਬੋਡੀ ਲੈਂਗੁਏਜ ਆ ਗੀਤਾਜ ਉਹਨਾਂ ਨੇ ਕੈਰੀ ਕੀਤੀ, ਆਈ ਥਿੰਕ ਉਹ ਬੈਸਟ ਸੀ। ਕਿਉਂਕਿ ਤੁਸੀਂ ਉਹਨਾਂ 'ਚ ਯਕੀਨ ਦਿਖਾਇਆ ਤਾਂ ਉਹਨਾਂ ਨੇ ਉਸ ਚੀਜ਼ ਦੀ ਰਿਸਪੈਕਟ ਵੀ ਕੀਤੀ, ਹੈ ਨਾ। ਐਂਡ ਜਿਹੜਾ ਇਸ ਫਿਲਮ ਦੇ ਵਿੱਚ ਇੱਕ ਪੋਇਟਿਕ ਅਸੈਂਸ ਆ,
ਸ਼ਿਵ ਕੁਮਾਰ ਹੋਰਾਂ ਦਾ, ਜੌਨ ਏਲੀਆ ਸਾਹਿਬ ਹੋਰਾਂ ਦਾ, ਉਹ ਐਸੈਂਸ ਕਿੱਥੋਂ ਆਇਆ? ਉਹਨਾਂ ਦੀ ਜੋ ਸਕ੍ਰਿਪਟ ਓਰੀਜਨਲ ਆਈ ਸੀ ਮੇਰੇ ਕੋਲ, ਉਹਦੇ 'ਚ ਇਹ ਸੀਗਾ ਕਿ ਜੋ ਰੱਬੀ ਹੈ ਉਹ ਸ਼ਿਵ ਕੁਮਾਰ ਬਟਾਲਵੀ ਪੜ੍ਹਦਾ, ਬਟ ਉਹਨੂੰ ਉਹਨਾਂ ਨੇ ਪਲੇ ਅਰਾਊਂਡ ਨਹੀਂ ਕੀਤਾ ਹੋਇਆ ਸੀਗਾ ਸਕ੍ਰਿਪਟ 'ਚ। ਅੱਛਾ। ਬਟ ਉਹ ਮੈਨੂੰ ਗੱਲ ਬੜੀ ਵਧੀਆ ਲੱਗੀ ਸੀਗੀ ਕਿ ਯਾਰ ਇੱਕ ਕਰੈਕਟਰ ਹੈ ਜੋ ਇਹੋ ਜਿਹੀਆਂ ਕਿਤਾਬਾਂ ਪੜ੍ਹਦਾ। ਉਹਦੇ ਡਾਇਲੋਗ ਵੀ ਬੜਾ ਸੋਹਣਾ ਸੀਗਾ, ਜਦੋਂ ਨਰੇਸ਼ਨ ਚੱਲਦੀ ਹੈ ਸਾਰੀ ਕਿ ਜਿਹੜੀ ਉਮਰ 'ਚ ਸ਼ਿਵ ਕਿਸੇ ਨੂੰ ਚੱਜ ਨਾਲ ਪੜ੍ਹਨਾ ਵੀ ਨਹੀਂ ਆਉਂਦਾ, ਉਹ ਸਮਝਣ ਲੱਗ ਪਿਆ ਸੀ। ਸੋ ਉਹ ਤਾਂ ਉਹਨਾਂ ਦੀ ਸਕ੍ਰਿਪਟ ਦੇ ਵਿੱਚ ਆਲਰੇਡੀ ਜੋ ਲਿਖਿਆ ਸੀਗਾ ਉਹਦੇ ਸੀਗਾ ਕਿ ਉਹ ਕਿਤਾਬਾਂ ਪੜ੍ਹਦਾ ਸ਼ਿਵ ਦੀਆਂ, ਅਤੇ ਉਸ ਸਕ੍ਰਿਪਟ 'ਚ ਉਹਦੇ ਉਹਨਾਂ ਦੇ ਇੱਕ ਨਾਨੇ ਦਾ ਕਰੈਕਟਰ ਵੀ ਸੀਗਾ ਕਿ ਉਹਦੀ ਆਪਣੇ ਜੋ ਇਹ 'ਚ ਵੱਡੇ ਮਾਮੇ ਦਾ ਕਰੈਕਟਰ ਕੀਤਾ ਉਹਦੇ 'ਚ ਇਹ ਚੀਜ਼ ਆਪਣੀ ਨਾਨੇ ਨਾਲ ਨਹੀਂ ਬਣਦੀ ਸੀ, ਉਹਦੀ ਉਹਦਾ ਨਾਨਾ ਉਹਦੇ ਨਾਲ ਲੜਦਾ ਰਹਿੰਦਾ ਸੀ। ਅਤੇ ਫਿਰ ਮੈਨੂੰ ਉਹ ਗੱਲ ਬੜੀ ਵਧੀਆ ਲੱਗੀ ਸੀਗੀ ਕਿ ਯਾਰ ਇਹ ਇੱਕ ਸ਼ਿਵ ਪੜ੍ਹਦਾ ਤਾਂ ਹੈ ਬਟ ਇਹਦਾ ਕੁਛ ਹੋਣਾ ਚਾਹੀਦਾ ਫਿਲਮ 'ਚ। ਸੋ ਫਿਰ ਉਸ ਚੀਜ਼ ਨੂੰ ਉਹ ਮੈਂ ਡਿਵੈਲਪ ਕੀਤਾ ਕਿ ਉਹ ਆਪਸ 'ਚ ਪੜ੍ਹ ਕੇ ਸੁਣਾਉਂਦੇ ਹੈ, ਫਿਰ ਸਰਗੁਣ ਦੇ ਕਰੈਕਟਰ 'ਚ ਜੌਨ ਆਲੀਆ ਐਡ ਕੀਤਾ, ਉਹ ਹੈ ਨਹੀਂ ਸੀਗਾ, ਸੀ ਫਿਰ ਉਹਨੂੰ ਉਹ ਕਿਤਾਬਾਂ ਨੂੰ ਲਾਸਟ ਤੱਕ ਲੈ ਕੇ ਗਏ, ਉਹ ਜਿਹੜਾ ਸਾਵਨ ਨਾਲ ਵੀ ਸੀਨ ਆਉਂਦਾ ਬਿਲਕੁਲ, ਹਾਂਜੀ ਉਹ ਸੀਨ ਬਣਿਆ, ਸੋ ਇੱਕ ਅਹਿਮ ਹਿੱਸਾ ਬਣਾ ਲਿਆ ਉਹਨੂੰ, ਬਟ ਉਹਦਾ ਸੀਡ ਪਹਿਲਾਂ ਤੋਂ ਸੀਗਾ। ਇੱਕ ਜਿਵੇਂ ਜਿਹੜਾ ਸਰਗੁਣ ਉਹਨਾਂ ਦਾ ਕਰੈਕਟਰ ਆ, ਆਈ ਗੈਸ ਜਦੋਂ ਆਪਣੀ ਉਦੋਂ ਇੰਟਰਵਿਊ ਹੋਈ ਸੀ ਉਦੋਂ ਵੀ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ, ਪਰ ਜਦੋਂ ਇਹ ਫਿਲਮ ਦੇਖ ਲਈ ਆ ਸਭ ਕੁਛ ਹੋ ਗਿਆ, ਮੈਂ ਬਹੁਤ ਲੋਕਾਂ ਨਾਲ ਡਿਸਕਸ਼ਨ ਵੀ ਕੀਤੀ ਆ ਇਸ ਚੀਜ਼ ਦੇ ਉੱਪਰ, ਹੈ ਨਾ, ਕਿ ਜਿਹੜਾ ਸਰਗੁਣ ਦਾ ਕਰੈਕਟਰ ਆ ਉਹਨੂੰ ਤੁਸੀਂ ਕਿਵੇਂ ਦਾ ਦਿਖਾਉਣਾ ਚਾਹੁੰਦੇ ਸੀਗੇ? ਕਿਉਂਕਿ ਇੱਕ ਜਗ੍ਹਾ 'ਤੇ ਜਾ ਕੇ ਸਾਨੂੰ ਇਹ ਲੱਗਦਾ ਕਿ ਇਹਦੇ ਨਾਲ ਬਹੁਤ ਧੱਕਾ ਹੋਇਆ, ਇਹਦੇ ਨਾਲ ਐਵੇਂ ਹੋਣਾ ਨਹੀਂ ਸੀ ਚਾਹੀਦਾ, ਫਿਰ ਇੱਕ ਜਗ੍ਹਾ 'ਤੇ ਜਾ ਕੇ ਜਦੋਂ ਉਹ ਰੱਬੀ ਨੂੰ ਉੱਥੇ ਹੀ ਰੋਕਣਾ ਚਾਹੁੰਦੀ ਹੈ ਤਾਂ ਉੱਥੇ ਸ਼ਾਇਦ ਆਡੀਅੰਸ ਇਹ ਐਕਸਪੈਕਟ ਕਰ ਰਹੀ ਸੀਗੀ ਵੀ ਉਹ ਕਹੂਗੀ ਕਿ ਮੈਂ ਪੜ੍ਹ ਨਹੀਂ ਸਕੀ, ਮੈਨੂੰ ਮੌਕਾ ਨਹੀਂ ਮਿਲਿਆ, ਤਾਂ ਮੈਨੂੰ ਇਹ ਲਾਈਫ ਚੂਜ਼ ਕਰਨੀ ਪਈ ਜਿਹਨੇ ਮੇਰਾ ਪ੍ਰੈਜ਼ੈਂਟ ਵੀ ਖਰਾਬ ਕਰਤਾ, ਹੈ ਨਾ, ਕਿ ਸ਼ਾਇਦ ਇਹ ਰੱਬੀ ਨੂੰ ਜਾਣ ਦਊਗੀ। ਪਰ ਤੁਹਾਡਾ ਮਕਸਦ ਕੀ ਸੀਗਾ ਕਿ ਉਹ ਕਹਿੰਦੀ ਹੈ ਕਿ ਮੈਨੂੰ ਔਖਾ ਤਾਂ ਬਹੁਤ ਲੱਗ ਰਿਹਾ ਪਰ ਤੂੰ ਫੇਲ ਹੋ ਜਾ? ਐਕਚੁਅਲੀ ਜਿਹੜਾ ਉਹ ਕਰੈਕਟਰ ਸੀਗਾ ਨਾ, ਕਿਤੇ ਨਾ ਕਿਤੇ ਜਿਹੜੀਆਂ ਇਹੋ ਜਿਹੀਆਂ ਕੁੜੀਆਂ ਹੁੰਦੀਆਂ ਜੋ ਇਸ ਤਰੀਕੇ ਦੇ ਕੰਮ ਕਰਦੀਆਂ, ਉਹਨਾਂ ਦਾ ਇੱਕ ਪਰਸੈਪਸ਼ਨ ਬਣਿਆ ਹੁੰਦਾ ਕਿ ਉਹ ਬਹੁਤ ਚਲਾਕ ਹੁੰਦੀਆਂ, ਹੈ ਨਾ, ਚਾਹੇ ਉਹ ਡਾਂਸ ਬੋਂਬੇ 'ਚ ਲਾ ਲਓ, ਬਾਹਰ ਗਰਲਸ ਲਾ ਲਓ, ਜਾਂ ਆਪਣੇ ਔਰਕੈਸਟਰਾ ਜਿਹੜੀਆਂ ਕੁੜੀਆਂ ਨੱਚਦੀਆਂ, ਸੋਸਾਇਟੀ ਉਹਨਾਂ ਨੂੰ ਐਂ ਦੇਖਦੀ ਹੈ ਕਿ ਉਹ ਬਹੁਤ ਚੰਡ ਚਲਾਕ ਹੁੰਦੀਆਂ ਜੀ, ਉਹ ਤਾਂ ਲੁੱਟ ਲੈਂਦੀਆਂ। ਬਟ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਉਹ ਸਾਰੀਆਂ ਜਿਹੜੀਆਂ ਵੀ ਕੁੜੀਆਂ ਹੁੰਦੀਆਂ ਉਹ ਮੈਂਟਲੀ ਕਿਤੇ ਨਾ ਕਿਤੇ ਭੋਲੀਆਂ ਹੁੰਦੀਆਂ, ਹੈ ਨਾ, ਉਹ ਚਲਾਕ ਬਣਨ ਦੀ ਕੋਸ਼ਿਸ਼ ਕਰਦੀਆਂ, ਉਹਨਾਂ ਦਾ ਪ੍ਰੋਫੈਸ਼ਨ ਵੈਸਾ ਹੁੰਦਾ, ਬਟ ਮੈਂਟਲੀ ਉਹ ਵੀਕ ਹੁੰਦੀਆਂ, ਤਾਂਹੀਓ ਉਹਨਾਂ ਨੂੰ ਈਜ਼ੀਲੀ ਮੈਨੂਪੁਲੇਟ ਕਰ ਲਿਆ ਜਾਂਦਾ। ਅੱਛਾ। ਜੋ ਮੇਰਾ ਪਰਸੈਪਸ਼ਨ ਹੈ, ਮਾਈਟ ਵੀ ਗਲਤ ਹੋ। ਸੋ ਉਸ ਚੀਜ਼ ਨੂੰ ਲੈ ਕੇ ਉਹ ਕਰੈਕਟਰ ਸੀਗਾ ਕਿ ਜੋ ਤਾਂ ਇੱਕ ਜਗ੍ਹਾ 'ਤੇ ਇੱਕ ਜ਼ਿੰਦਗੀ ਜਿਉਂ ਰਹੀ ਸੀਗੀ ਜਿੱਥੇ ਉਹਦੀ ਰੂਟੀਨ ਲਾਈਫ ਚੱਲ ਰਹੀ ਸੀ, ਸਡਨਲੀ ਉਹਨੂੰ ਕੋਈ ਇੱਕ ਸਪਾਰਕ ਮਿਲਦਾ, ਇੱਕ ਬੰਦਾ ਮਿਲਦਾ ਜਿਹਦੇ 'ਚ ਉਹਨੂੰ ਇੱਕ ਹੋਪ ਦਿਖਦੀ ਹੈ, ਔਰ ਉਹ ਉਹਦੇ ਨਾਲ ਅਟੈਚ ਹੋ ਜਾਂਦੀ ਹੈ। ਸੋ ਫਿਲਮ ਦਾ ਟਾਈਟਲ ਹੈ ਜਿਹੜਾ ਮੋਹ, ਉਹ ਵੀ ਇਸੇ ਲਈ ਸੀਗਾ ਕਿ ਮੋਹ 'ਚ ਤੁਹਾਡੀ ਪਰਸਨਲ ਗਰੀਡ ਰਹਿੰਦੀ ਹੈ, ਜੇ ਉਹ ਪ੍ਰੇਮ ਹੁੰਦਾ ਤਾਂ ਉਹਨੂੰ ਜਾਣ ਦਿੰਦੀ। ਸੋ ਮੋਹ 'ਚ ਤੁਸੀਂ ਚੀਜ਼ਾਂ ਹੋਲਡ ਕਰਨਾ ਚਾਹੁੰਦੇ ਹੋ, ਸੋ ਇਸੇ ਲਈ ਉਹ ਮੋਹ ਸੀਗਾ ਕਿ ਉਹ ਉਹਨੂੰ ਜਾਣ ਨਹੀਂ ਦੇਣਾ ਚਾਹੁੰਦੀ ਸੀ, ਉਹਨੂੰ ਫੜਨਾ ਚਾਹੁੰਦੀ ਸੀ।
ਜਾਂ ਰੱਬੀ ਵੀ ਸੀਗਾ ਤਾਂ ਉਹਨੂੰ ਫੜੇ ਹੀ ਰੱਖਿਆ। ਸੋ ਬੇਸਿਕ ਜੀ ਮਤਲਬ ਇੱਕ ਇਹੀ ਹੈ ਕਿ ਜੋ ਮੋਹ ਹੈ ਉਹ ਇੱਕ ਤਰੀਕੇ ਦੀ ਵਿਕਾਰ ਹੈ, ਮਤਲਬ ਜੇ ਆਪਣੇ ਧਰਮ ਗ੍ਰੰਥਾਂ 'ਚ ਉਹਨੂੰ ਕਿਹਾ ਜਾਵੇ। ਹਾਂਜੀ, ਤਾਂ ਮੋਹ ਦੇ ਵਿੱਚ ਬੇਸਿਕਲੀ ਪ੍ਰੋਬਲਮ ਇਹੀ ਹੈ ਮੋਹ ਅਤੇ ਪ੍ਰੇਮ 'ਚ, ਕਿ ਪ੍ਰੇਮ 'ਚ ਤੁਸੀਂ ਸੈਕਰੀਫਾਈਸ ਕਰਦੇ ਹੋ, ਤੁਸੀਂ ਸਰੈਂਡਰ ਕਰਦੇ ਹੋ, ਮੋਹ 'ਚ ਨਹੀਂ ਕਰਦੇ। ਮੋਹ 'ਚ ਤੁਸੀਂ ਆਪਣਾ ਸੋਚਦੇ ਹੋ, ਤੁਹਾਨੂੰ ਚੀਜ਼ ਚਾਹੀਦੀ ਹੈ। ਸੋ ਉਹੀ ਦੋਨਾਂ ਕਰੈਕਟਰਾਂ ਦਾ ਉਹ ਸੀਗਾ ਕਿ ਉਹ ਹੋਲਡ ਕਰਕੇ ਰੱਖਣਾ ਚਾਹੁੰਦੇ ਸੀ ਇੱਕ ਦੂਜੇ ਨੂੰ। ਪਰ ਕਿਤੇ ਕਿਤੇ ਤੁਹਾਨੂੰ ਇਹ ਵੀ ਸੀਗਾ ਕਿ ਇਹ ਜਿਹੜਾ ਮੈਂ ਕਰੈਕਟਰ ਲੈ ਕੇ ਆ ਰਿਹਾ, ਖਾਸ ਤੌਰ 'ਤੇ ਜਿਹੜਾ ਸਰਗੁਣ ਦਾ ਕਰੈਕਟਰ ਸੀ, ਗੋਰੇ ਦਾ ਕਿਰਦਾਰ ਸੀਗਾ, ਕਿ ਲੋਕਾਂ ਦੀ ਸਕਰੀਨ ਦੇ ਥਰੂ ਜਾਂ ਇਸ ਕਰੈਕਟਰ ਦੇ ਥਰੂ ਉਹ ਪੂਰੀ ਇੱਕ ਜਿਹੜੀ ਸੁਸਾਇਟੀ ਆ ਕੁੜੀਆਂ ਦੀ, ਜਿਹੜੀਆਂ ਕਿ ਮਜਬੂਰੀ ਜਾਂ ਆਪਣੀ ਸਵੈ ਇੱਛਾ ਦੇ ਨਾਲ ਇਸ ਪ੍ਰੋਫੈਸ਼ਨ 'ਚ ਆਉਂਦੀਆਂ ਨੇ, ਜਾਂ ਜਿਨ੍ਹਾਂ ਦੀ ਜਿਨ੍ਹਾਂ ਨੂੰ ਇਸ ਨਜ਼ਰ ਨਾਲ ਵੀ ਦੇਖਿਆ ਜਾਂਦਾ ਆ ਕਿ ਇਹਨਾਂ ਨੂੰ ਕਿਵੇਂ ਵੀ ਤੁਸੀਂ ਵਰਤ ਸਕਦੇ ਹੋ, ਕਿ ਤੁਸੀਂ ਇਸ ਕਰੈਕਟਰ ਦੇ ਥਰੂ ਉਹ ਸਾਰੀ ਪਰਸੈਪਸ਼ਨ ਚੇਂਜ ਵੀ ਕਰ ਸਕਦੇ ਹੋ, ਜਾਂ ਇਹ ਤੁਹਾਡਾ ਮੋਟਿਵ ਹੈ ਹੀ ਨਹੀਂ ਸੀਗਾ? ਨਹੀਂ, ਕਿਉਂਕਿ ਇਹ ਨਹੀਂ ਮੋਟਿਵ ਸੀਗਾ ਬਿਲਕੁਲ ਵੀ ਕਿ ਕੁਛ ਉਹਦੇ ਨਾਲ ਕੁਛ ਚੇਂਜ ਕਰਨਾ ਹੈ ਜਾਂ ਕੁਛ ਐਸਾ। ਉਹ ਜਸਟ ਇੱਕ ਕਰੈਕਟਰ ਸੀਗਾ, ਉਹਦੀ ਉਹ ਕਹਾਣੀ ਸੀਗੀ, ਅਤੇ ਉਹ ਜਿਹੜਾ ਸੀਗਾ ਮਤਲਬ ਉਹ ਇੱਕ ਸਾਲ ਦੀ ਗੱਲ ਸੀਗੀ, ਕਿਉਂਕਿ ਉਸ ਟਾਈਮ ਉਹਨਾਂ ਨੂੰ ਕੁਛ ਨਹੀਂ ਦਿਖਿਆ, ਤਾਂ ਉਹਦੇ ਲਈ ਉਹ ਸੀਗਾ ਕਿ ਇੱਕ ਸਾਲ ਹੈ, ਬਾਅਦ ਦੀ ਬਾਅਦ 'ਚ ਦੇਖਾਂਗੇ, ਅੱਜ ਇੱਕ ਸਾਲ ਸਾਨੂੰ ਮਿਲ ਜੂਗਾ। ਸੋ ਬਸ ਉਹਨਾਂ ਲਈ ਉਨੀ ਕੀ ਗੱਲ ਸੀਗੀ ਉਹ, ਅਤੇ ਕੋਈ ਉਹਦੇ ਪਿੱਛੇ ਬਹੁਤ ਲੌਜਿਕ ਨਹੀਂ ਸੀਗਾ ਕਿ ਕੋਈ ਉਸ ਕਮਿਊਨਿਟੀ ਨੂੰ ਜਾਂ ਉਸ ਤਰੀਕੇ ਦੇ ਕਰੈਕਟਰਾਂ ਦੀ ਕੋਈ ਇਮੇਜ ਬਦਲਣ ਦੀ ਕੋਸ਼ਿਸ਼ ਹੈ। ਨਹੀਂ, ਉਹ ਜੋ ਗੋਰੇ ਦਾ ਕਰੈਕਟਰ ਮੈਨੂੰ ਲੱਗਿਆ ਕਿ ਜਿੱਧਰ ਨੂੰ ਜਾ ਰਿਹਾ, ਔਰ ਆਈ ਥਿੰਕ ਉਹ ਪਹਿਲਾਂ ਤੋਂ ਹੀ ਸੀਗਾ ਸਕ੍ਰਿਪਟ 'ਚ। ਸੋ ਇਹ ਮੈਨੂੰ ਵਧੀਆ ਲੱਗੀ ਸੀ। ਤਾਂ ਜਦੋਂ ਤੁਹਾਡੇ ਕੋਲ ਕਹਾਣੀ ਆਉਂਦੀ ਆ, ਭਾਵੇਂ ਮੂੰਹ ਆ ਜਾਂ ਹੋਰ ਤੁਹਾਡੀਆਂ ਬਾਕੀ ਕਹਾਣੀਆਂ ਵੀ ਨੇਗੀਆਂ, ਜਿਵੇਂ ਆਪਣੇ ਨਾ ਇਸ ਚੀਜ਼ ਲਈ ਬਹੁਤ ਜ਼ਿਆਦਾ ਸਪੇਸ ਹੈ ਨਹੀਂ ਗੀ ਕਿ ਕੁੜੀਆਂ ਦਾ ਕਰੈਕਟਰ ਤੁਸੀਂ ਫਿਲਮ 'ਚ ਜ਼ਰਾ ਵੀ ਇੰਨਾ ਦਿਖਾ ਸਕੋ ਕਿ ਜਿੱਥੇ ਉਹਨਾਂ ਦੇ ਲਈ ਇਹ ਸੋਚਿਆ ਜਾਵੇ ਕਿ ਕੁੜੀਆਂ ਇੱਦਾਂ ਦੀਆਂ ਹੁੰਦੀਆਂ ਨੇ ਜਾਂ ਕੁੜੀਆਂ ਕਰੈਕਟਰਲੈਸ ਹੁੰਦੀਆਂ ਨੇਗੀਆਂ, ਹੈ ਨਾ? ਸੋ ਆਪਣੇ ਫਿਲਹਾਲ ਦੇ ਲਈ ਇਹ ਸਪੇਸ ਸਿਨੇਮਾ ਦੇ ਵਿੱਚ ਹਲੇ ਬਹੁਤ ਘੱਟ ਆ ਕਿ ਐਕਸੈਪਟੈਂਸ ਉਸ ਕਰੈਕਟਰ ਦੀ ਉਨੀ ਹੋਊਗੀ ਕਿ ਨਹੀਂ ਹੋਊਗੀ, ਕਿ ਉਸ ਇੱਕ ਕਰੈਕਟਰ ਦੇ ਲਈ ਤੁਹਾਡੇ ਇਹ ਥੋਟ ਸੀਗਾ ਜਾਂ ਨਹੀਂ ਸੀਗਾ? ਨਹੀਂ, ਮੈਂ ਇਹ ਚੀਜ਼ ਨਹੀਂ ਸੋਚਦਾ ਮੈਂ ਕਦੇ ਵੀ ਕਿਸੇ ਕਰੈਕਟਰ ਨੂੰ ਲੈ ਕੇ ਕਿ ਸੋਸਾਇਟੀ 'ਚ ਕੋਈ ਬੰਦਿਸ਼ ਹੈ ਜਾਂ ਸਾਡੇ ਇਹਨੂੰ ਮੰਨਣਗੇ ਜਾਂ ਨਹੀਂ ਮੰਨਣਗੇ, ਮੈਂ ਉਹ ਕਦੇ ਵੀ ਨਹੀਂ ਸੋਚਦਾ। ਮੈਨੂੰ ਹੁੰਦਾ ਕਿ ਯਾਰ ਜੋ ਮੇਰਾ ਕਰੈਕਟਰ ਕਿੱਧਰ ਨੂੰ ਜਾ ਰਿਹਾ, ਸੋ ਉਹਦੇ ਨਾਲ ਓਨੈਸਟ ਰਹਾਂ। ਤਾਂ ਇਹ ਸਬਜੈਕਟ ਮੈਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਕਿ ਥੋੜ੍ਹਾ ਹਾਰਸ਼ ਹੈ, ਔਰ ਇਸੇ ਲਈ ਉਹੀ ਚੀਜ਼ ਮੈਨੂੰ ਪਸੰਦ ਆਈ ਸੀ ਉਹਦੇ 'ਚ ਕਿ ਇੱਕ ਲਵ ਸਟੋਰੀ ਸੀਗੀ ਬਟ ਇੱਕ ਬਹੁਤ ਸਟਰੋਂਗ ਹਾਰਡ ਹਿਟਿੰਗ ਸੀਗੀ। ਸੋ ਉਹਦੇ ਕਰੈਕਟਰ, ਉਹਦੇ 'ਚ ਗ੍ਰੇ ਸ਼ੇਡ, ਸੋ ਉਹਦੀ ਕਹਾਣੀ ਦਾ ਜੋ ਮੂਲ ਧਾਰ ਸੀ ਕਿ ਮੁੰਡਾ ਛੋਟਾ ਹੈ, ਲੇਡੀਜ਼ ਵੱਡੀ ਹੈ, ਵਿਆਹੀ ਹੈ, ਬੱਚਾ ਹੈ, ਸੋ ਇਹ ਜਿਹੜੀ ਔਡ ਸਿਚੁਏਸ਼ਨ ਸੀਗੀ ਮੈਨੂੰ ਉਹ ਜ਼ਿਆਦਾ ਵਧੀਆ ਲੱਗੀ ਸੀ। ਐਂਡ ਇਹ ਵੀ ਆਪਣੀ ਸਿਨੇਮੇ ਜਾਂ ਬਾਉਂਡੇਸ਼ਨ ਆਈ ਡੋਂਟ ਨੋ ਕੀ ਆ ਉਹ, ਜਾਂ ਸਾਡੇ ਸਾਹਮਣੇ ਚੀਜ਼ਾਂ ਰੱਖੀਆਂ ਹੀ ਹੋਵੇ ਜਾਂਦੀਆਂ ਨੇਗੀਆਂ ਕਿ ਕੁੜੀ ਨੂੰ ਤੁਸੀਂ ਗਲਤ ਨਹੀਂ ਦਿਖਾ ਸਕਦੇ, ਮਾਂ ਦਾ ਕਰੈਕਟਰ ਹਮੇਸ਼ਾ ਪੋਜ਼ਿਟਿਵ ਹੀ ਰਹੂਗਾ, ਮਾਂ ਬਾਪ ਦਾ ਜੋ ਕਰੈਕਟਰ ਆ, ਹੈ ਨਾ? ਗਲਤ ਦਿਖਾ ਸਕਦੇ ਹਾਂ ਤਾਂ ਅਸੀਂ ਸਿਰਫ ਮੁੰਡੇ ਨੂੰ ਦਿਖਾ ਸਕਦੇ ਹਾਂ। ਤੁਹਾਨੂੰ ਇਹ ਲੱਗਦਾ ਹੈ ਕਿ ਇਹ ਚੀਜ਼ਾਂ ਸਿਨੇਮੇ 'ਤੇ ਜਾਂ ਤੁਹਾਡੀ ਫਿਲਮ ਮੇਕਿੰਗ 'ਤੇ ਵੀ ਇਫੈਕਟ ਪਾਉਂਦੀਆਂ ਨੇ? ਨਹੀਂ, ਇਹ ਡੈਫੀਨੇਟਲੀ ਸਾਡੇ ਪੰਜਾਬੀ ਸਿਨੇਮੇ 'ਚ ਇਹ ਚੀਜ਼ ਬਹੁਤ ਹੈ। ਥੋੜ੍ਹਾ ਜਿਹਾ ਵੀ ਤੁਸੀਂ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਕਰੋ ਤਾਂ ਫਿਲਮਾਂ ਚੱਲਦੀਆਂ ਵੀ ਨਹੀਂ ਗੀਆਂ, ਔਰ
ਕਿੰਤੂ ਪਰੰਤੂ ਵੀ ਬਹੁਤ ਜ਼ਿਆਦਾ ਹੁੰਦਾ ਹੈ, ਬਟ ਮੈਨੂੰ ਲੱਗਦਾ ਹੈ ਕਿ ਐਜ਼ ਏ ਫਿਲਮ ਮੇਕਰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ, ਫਿਰ ਹੀ ਅਸੀਂ ਗਰੋ ਕਰਾਂਗੇ। ਅੱਜ ਭਾਵੇਂ ਮੂਹ ਬਾਕਸ ਆਫਿਸ 'ਤੇ ਨਹੀਂ ਚੱਲੀ, ਬਟ ਮੇਰੀਆਂ ਬੈਸਟ ਫਿਲਮਾਂ 'ਚੋਂ ਉਹ ਹੈ ਨਾ, ਜੇ ਮੈਨੂੰ ਕੋਈ ਮੇਰੇ ਨਾਲ ਕਦੇ ਗੱਲ ਕਰੂਗਾ ਫਿਊਚਰ 'ਚ, ਸੋ ਮੈਨੂੰ ਲੱਗਦਾ ਕਿ ਉਹ ਫਿਲਮ ਪਹਿਲੇ ਨੰਬਰ 'ਤੇ ਆਊਗੀ। ਸੋ ਸ਼ਾਇਦ ਆਪਾਂ ਵੀ ਅੱਜ ਤਾਂ ਹੀ ਗੱਲ ਕਰ ਰਹੇ ਹਾਂ, ਤਾਂ ਐਜ਼ ਏ ਫਿਲਮ ਮੇਕਰ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਬੈਲੈਂਸ ਕਰਕੇ ਚੱਲੋ ਕਿ ਠੀਕ ਹੈ ਕਿ ਤੁਹਾਨੂੰ ਕਮਰਸ਼ੀਅਲ ਫਿਲਮਾਂ ਵੀ ਕਰਨੀਆਂ ਚਾਹੀਦੀਆਂ ਕਿਉਂਕਿ ਫਿਰ ਤੁਸੀਂ ਟਿਕੇ ਰਹੋਗੇ, ਬਟ ਜਦੋਂ ਤੁਹਾਨੂੰ ਮੌਕਾ ਮਿਲਦਾ ਤੁਸੀਂ ਨਾਲ ਦੀ ਨਾਲ ਇਹੋ ਜਿਹਾ ਵੀ ਤੁਹਾਨੂੰ ਕੁਛ ਕਰਨਾ ਚਾਹੀਦਾ। ਕਿਉਂਕਿ ਜਦੋਂ ਮੂਹ ਆਈ ਸੀਗੀ ਨਾ, ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਐਂ ਕਿੱਥੇ ਹੁੰਦਾ ਆ, ਹੈ ਨਾ। ਰਵੀਸ਼ ਕੁਮਾਰ ਹੋਰਾਂ ਨੇ, ਕਿਉਂਕਿ ਚੰਡੀਗੜ੍ਹ ਨੂੰ ਅੱਜ ਤੱਕ ਦਾ ਸਿਟੀ ਬਿਊਟੀਫੁੱਲ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਨਾ, ਬਹੁਤ ਸਾਲ ਪਹਿਲਾਂ ਅਸੀਂ ਉਦੋਂ ਸਟੂਡੈਂਟ ਸੀਗੇ ਜਰਨਲਿਜ਼ਮ ਦੇ, ਉਹਨਾਂ ਨੇ ਇੱਕ ਸਟੋਰੀ ਕੀਤੀ ਸੀਗੀ ਕਿ ਇੱਕ ਚੰਡੀਗੜ੍ਹ ਐਸਾ ਵੀ ਹੈ ਜਿੱਥੇ ਉਹਨਾਂ ਨੇ ਸਾਰੇ ਕਿ ਝੁੱਗੀ ਚੌਂਪੜੀ ਵਾਲਾ ਜਿਹੜਾ ਏਰੀਆ ਸੀ ਜਾਂ ਜਿੱਥੇ ਲੋਕਾਂ ਨੂੰ ਈਵਨ ਪਾਣੀ ਪੀਣ ਦੀ ਵੀ ਦਿੱਕਤ ਸੀ, ਉਹ ਥਾਂ ਬਹੁਤ ਗੰਦੀ ਸੀਗੀ, ਉਹ ਏਰੀਆ ਉਹਨਾਂ ਨੇ ਕਵਰ ਕਰਕੇ ਦਿਖਾਇਆ ਵੀ ਇਹ ਵੀ ਚੰਡੀਗੜ੍ਹ ਦਾ ਹੀ ਹਿੱਸਾ ਆ, ਪੂਰਾ ਦਾ ਪੂਰਾ ਚੰਡੀਗੜ੍ਹ ਨਹੀਂ ਸੋਹਣਾ ਹੈਗਾ ਨਾ। ਸੋ ਉਵੇਂ ਜਦੋਂ ਅਸੀਂ ਫਿਲਮਾਂ ਦੇ ਕਿਰਦਾਰਾਂ ਦੀ ਜਾਂ ਫਿਲਮਾਂ ਦੀ ਕਹਾਣੀਆਂ ਦੀ ਗੱਲ ਕਰਦੇ ਹਾਂ, ਜਿਵੇਂ ਉੜਤਾ ਪੰਜਾਬ 'ਤੇ ਬਹੁਤ ਜ਼ਿਆਦਾ ਬਹਿਸ ਹੋਈ ਸੀ ਕਿ ਪੰਜਾਬ ਇੱਦਾਂ ਦਾ ਨਹੀਂ ਹੈ ਨਾ, ਕਿ ਸਿਨੇਮੇ ਦਾ ਇੱਕ ਕੰਮ ਇਹ ਵੀ ਹੁੰਦਾ, ਕਹਿੰਦੇ ਹੁੰਦੇ ਨੇ ਕਿ ਸਿਨੇਮਾ ਉਹ ਆ ਜੋ ਸਮਾਜ ਆ, ਪਰ ਸਮਾਜ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਸਿਨੇਮੇ 'ਤੇ ਐਕਸੈਪਟ ਨਹੀਂ ਕਰਨਾ ਚਾਹੁੰਦੇ, ਕਿ ਸਿਨੇਮੇ ਦਾ ਇੱਕ ਪਰਪਸ ਇਹ ਵੀ ਹੁੰਦਾ ਆ ਕਿ ਸਮਾਜ ਦਾ ਦੂਜਾ ਪੱਖ ਵੀ ਦਿਖਾਇਆ ਜਾਵੇ ਅਤੇ ਦੂਜਾ ਪਾਸਾ ਵੀ ਦਿਖਾਇਆ ਜਾਵੇ, ਜਿਵੇਂ ਰਵੀਸ਼ ਉਹਨਾਂ ਨੇ ਉਸ ਇੱਕ ਸਟੋਰੀ ਦੇ ਵਿੱਚ ਚੰਡੀਗੜ੍ਹ ਦਾ ਦੂਜਾ ਪਾਸਾ ਵੀ ਦਿਖਾਇਆ। ਨਹੀਂ ਜ਼ਰੂਰੀ ਹੈ ਜੀ, ਕਿਉਂਕਿ ਤੁਹਾਨੂੰ ਬੋਲਡ ਹੋਣਾ, ਤੁਹਾਨੂੰ ਐਜ਼ ਏ ਫਿਲਮ ਮੇਕਰ ਖੁੱਲ੍ਹ ਕੇ ਗੱਲ ਕਹਿਣਾ ਬਹੁਤ ਜ਼ਰੂਰੀ ਹੈ। ਅਸੀਂ ਅੱਖਾਂ ਬੰਦ ਕਰਦੇ ਰਹਾਂਗੇ ਕਿ ਨਹੀਂ ਜੀ ਇਹ ਤਾਂ ਸਾਡੇ ਪੰਜਾਬ 'ਚ ਹੁੰਦਾ ਹੀ ਨਹੀਂ ਹੈ, ਸੋ ਉਹ ਸਾਡੇ ਆਉਣ ਵਾਲੀ ਸੁਸਾਇਟੀ ਜਿਹੜੀ ਪੀੜ੍ਹੀ ਹੈ ਉਹਨਾਂ ਲਈ ਗਲਤ ਹੋਊਗਾ, ਅਸੀਂ ਉਹਨਾਂ ਨੂੰ ਇੱਕ ਗਲਤ ਪਰਸੈਪਸ਼ਨ ਦਿੰਦੇ ਹਾਂ। ਜੇ ਤੁਸੀਂ ਜਿੱਥੋਂ ਸਿਨੇਮਾ ਦੁਬਾਰਾ ਰਿਵਾਈਵ ਹੋਇਆ ਮਨਜੀ ਦੀ ਫਿਲਮਾਂ ਤੋਂ, ਉਦੋਂ ਪਹਿਲਾਂ ਦੀਆਂ ਸਾਡੀਆਂ ਫਿਲਮਾਂ ਦੇਖੋਗੇ ਤਾਂ ਅਸੀਂ ਬਹੁਤ ਬੋਲਡ ਸਬਜੈਕਟ ਕਰਦੇ ਨੇ, ਹੈ ਨਾ, ਜਿਵੇਂ ਚੰਨ ਪਰਦੇਸੀ ਸੀ, ਲੌਂਗ ਦਾ ਲਿਸ਼ਕਾਰਾ, ਮੜੀ ਦਾ ਦੀਵਾ, ਇੱਕ ਚਾਦਰ ਮੈਲੀ ਸੀ, ਹੈ ਨਾ, ਉਸ ਐਂਡ ਥੋੜ੍ਹਾ ਲਿਟਰੇਰੀ ਪੱਖ ਵੀ ਸੀਗਾ। ਹਾਂ, ਸੋ ਉਦੋਂ ਬਾਅਦ ਮਨਜੀ ਉਹਨਾਂ ਦਾ ਇੱਕ ਆਪਣਾ ਸਿਨੇਮਾ ਸੀਗਾ, ਹਰਭਜਨ ਬਾਈ ਉਹ ਇੱਕ ਤਰੀਕੇ ਦੀਆਂ ਫੈਮਿਲੀ ਓਰੀਐਂਟਿਡ ਸਾਫ਼ ਸੁਥਰੀਆਂ ਫਿਲਮਾਂ ਕਰਦੇ ਸੀ, ਬਟ ਹੋਇਆ ਕਿ ਉਹ ਇਕੱਲੇ ਹੀ ਸੀਗੇ ਉਦੋਂ, ਸੋ ਉਹਨਾਂ ਦੀ ਉਹਨਾਂ ਦੀਆਂ ਫਿਲਮਾਂ ਨੂੰ ਹੀ ਸਾਡਾ ਸਿਨੇਮਾ ਮੰਨ ਲਿਆ ਗਿਆ ਕਿ ਪੰਜਾਬੀ ਸਿਨੇਮਾ ਤਾਂ ਇਹੀ ਹੈ, ਔਰ ਉਹ ਸਾਡਾ ਇੱਕ ਮੂਲ ਆਧਾਰ ਬਣ ਗਿਆ ਕਿ ਜੀ ਹੁਣ ਉਹਦੇ ਨਾਲ ਹੀ ਨਾਪਿਆ ਤੋਲਿਆ ਗਿਆ ਕਿ ਤੁਸੀਂ ਹੀਰੋਇਨ ਦਾ ਹੱਥ ਤੱਕ ਨਹੀਂ ਫੜ ਸਕਦੇ, ਨੇੜੇ ਨਹੀਂ ਜਾ ਸਕਦੇ। ਸੋ ਬਹੁਤ ਪ੍ਰੋਬਲਮ ਹੋ ਗਈ, ਮਤਲਬ ਥੋੜ੍ਹਾ ਜਿਹਾ ਵੀ ਕੁਛ ਹੁੰਦਾ ਤਾਂ ਇਸ਼ੂ ਹੋ ਜਾਂਦਾ ਉਹਨੂੰ ਲੈ ਕੇ, ਕਿਉਂਕਿ ਉਹ ਸਾਡਾ ਬੇਸ ਉਹ ਹੈ। ਹੁਣ ਜਾ ਕੇ ਥੋੜ੍ਹਾ ਜਿਹਾ ਅਸੀਂ ਇੱਧਰ ਉੱਧਰ ਹੋਣ ਲੱਗੇ, ਬਟ ਉਹ ਜ਼ਰੂਰੀ ਹੈ ਕਿ ਹਰ ਤਰੀਕੇ ਦਾ ਸਿਨੇਮਾ ਆਵੇ, ਹਰ ਤਰੀਕੇ ਦੀਆਂ ਗੱਲਾਂ ਕਹੀਆਂ ਜਾਣ। ਜਿਵੇਂ ਮੇਰੀਆਂ ਫਿਲਮਾਂ 'ਚ, ਕਈ ਫਿਲਮਾਂ ਦੇ ਵਿੱਚ ਹੈ ਕਿ ਕੁੜੀ ਸ਼ਰਾਬ ਪੀਂਦੀ ਹੈ, ਹੈ ਨਾ, ਸੋ ਆਪਣੀ ਵੀ ਇਹ ਗੱਲ ਹੋਈ ਹੈ ਕਿ ਮੈਸੇਜ ਤੁਸੀਂ ਗਲਤ ਤਾਂ ਨਹੀਂ ਦੇ ਰਹੇ, ਬਟ ਸਾਡੀਆਂ ਸੁਸਾਇਟੀ 'ਚ ਕੁੜੀਆਂ ਸ਼ਰਾਬ ਪੀਂਦੀਆਂ, ਸੋ ਅਸੀਂ ਇਹਨੂੰ ਡਿਨਾਏ ਨਹੀਂ ਕਰ ਸਕਦੇ। ਅਸੀਂ ਕਹੀਏ ਕਿ ਜੇ ਫਿਲਮਾਂ 'ਚ ਨਹੀਂ ਦਿਖਾਵਾਂਗੇ ਤਾਂ ਕੁੜੀਆਂ ਨਹੀਂ ਪੀਣਗੀਆਂ, ਸੋ ਮੈਨੂੰ ਲੱਗਦਾ ਕਿ ਉਲਟਾ ਇਹ ਕਿ ਤੁਸੀਂ ਦਿਖਾ ਰਹੇ ਹੋ ਤਾਂ ਐਜ਼ ਏ ਮਾਂ ਬਾਪ ਜੋ ਕੱਲ੍ਹ ਤੱਕ
ਆਪਦੇ ਮੁੰਡਿਆਂ 'ਤੇ ਨਜ਼ਰ ਰੱਖਦੇ ਸੀ ਕਿ ਯਾਰ ਇਹ ਬਾਹਰ ਜਾਂਦਾ, ਇਹ ਸ਼ਰਾਬ ਨਸ਼ੇ ਤਾਂ ਨਹੀਂ ਕਰਨ ਲੱਗ ਜੂਗਾ। ਹੁਣ ਲੋੜ ਹੈ ਕਿ ਤੁਸੀਂ ਆਪਣੀ ਕੁੜੀਆਂ 'ਤੇ ਵੀ ਧਿਆਨ ਰੱਖੋ। ਹਾਂ, ਬਟ ਉਹ ਦਿਖਾਇਆ ਉਸ ਤਰੀਕੇ ਨਾਲ ਜਾਵੇ ਕਿ ਉਹ ਚੀਜ਼ ਇੰਜੋਇਮੈਂਟ ਨਾ ਲੱਗੇ, ਕਿ ਐਲਕੋਹਲ ਲੈਣੀ ਜਾਂ ਸਮੋਕ ਕਰਨੀ ਉਹ ਇੰਜੋਇਮੈਂਟ ਨਾ ਲੱਗੇ ਸਕਰੀਨ ਦੇ ਉੱਪਰ, ਉਹ ਚੀਜ਼ ਇਹ ਲੱਗੇ ਕਿ ਇਹ ਇਹ ਗਲਤ ਟਰੈਕ ਆ ਜਾਂ ਇਹ ਗਲਤ ਚੀਜ਼ਾਂ ਨੇਗੀਆਂ। ਬਸ ਮੇਰਾ ਉਦੋਂ ਵੀ ਇਹੀ ਕੰਸਰਨ ਸੀਗਾ ਅਤੇ ਅੱਜ ਵੀ ਜੇ ਆਪਾਂ ਉਸ ਚੀਜ਼ 'ਤੇ ਗੱਲ ਕਰ ਰਹੇ ਹਾਂ ਤਾਂ ਅੱਜ ਵੀ ਮੇਰਾ ਇਹੀ ਕੰਸਰਨ ਆ ਕਿ ਜਿਵੇਂ ਇੱਕ ਆਪਣੀ ਇੰਡਸਟਰੀ 'ਤੇ ਕਿ ਫਿਲਮ ਡਾਇਰੈਕਟਰ ਨੇ, ਮੈਂ ਉਹਨਾਂ ਨੂੰ ਇਹ ਪੁੱਛਿਆ ਸੀਗਾ ਕਿ ਕੀ ਕਿਸੇ ਇੱਕ ਕਰੈਕਟਰ ਦਾ, ਭਾਵੇਂ ਉਹ ਫੀਮੇਲ ਆ ਭਾਵੇਂ ਉਹ ਮੇਲ ਆ, ਕਿ ਉਹਦਾ ਸ਼ਰਾਬ ਪੀਂਦੇ ਦਿਖਾਇਆ ਜਾਣਾ, ਸਮੋਕ ਕਰਦੇ ਦਿਖਾਇਆ ਜਾਣਾ ਠੀਕ ਆ, ਜਸਟੀਫਾਈਡ ਆ? ਉਹ ਕਹਿੰਦੇ ਕਿ ਅਗਰ ਆਡੀਅੰਸ ਨੂੰ ਦੇਖਦਿਆਂ ਹੋਇਆਂ ਇਹ ਮਹਿਸੂਸ ਹੋ ਰਿਹਾ ਵੀ ਇਹ ਹੁਣ ਜੇ ਇੱਥੇ ਥੋੜ੍ਹੀ ਜਿਹੀ ਸ਼ਰਾਬ ਪੀ ਲਵੇ ਨਾ ਤਾਂ ਰਿਲੈਕਸ ਹੋ ਜਾਵੇ, ਜਾਂ ਇਹਨੂੰ ਹੁਣ ਪੀ ਲੈਣੀ ਚਾਹੀਦੀ ਆ, ਕਹਿੰਦੇ ਫਿਰ ਜਸਟੀਫਾਈਡ ਆ। ਅਦਰਵਾਈਜ਼ ਉਹ ਅਗਰ ਆਡੀਅੰਸ ਨੂੰ ਇਹ ਨੀਡ ਮਹਿਸੂਸ ਨਹੀਂ ਹੋ ਰਹੀ ਹੈਗੀ ਸਕਰੀਨ ਦੇਖਦਿਆਂ ਹੋਇਆਂ ਕਿ ਕਰੈਕਟਰ ਨੂੰ ਇੱਥੇ ਇੱਕ ਕਸ਼ ਲੈਣਾ ਚਾਹੀਦਾ ਜਾਂ ਇੱਥੇ ਉਹਨੂੰ ਇੱਕ ਘੁੱਟ ਪੀਣੀ ਚਾਹੀਦੀ ਆ, ਕਹਿੰਦੇ ਫਿਰ ਉਹ ਜਸਟੀਫਾਈਡ ਨਹੀਂ ਆ। ਡੂ ਯੂ ਅਗਰੀ? ਨਹੀਂ, ਐਕਚੁਅਲੀ ਉਹ ਤਾਂ ਕਹਾਣੀ 'ਤੇ ਡਿਪੈਂਡ ਕਰਦਾ। ਮਤਲਬ ਇਹ ਤਾਂ ਜੇ ਇਹਨੂੰ ਇਸ ਮੈਸੇਜ ਨੂੰ ਆਪਾਂ ਉਲਟੇ ਤਰੀਕੇ ਨਾਲ ਦੇਖਿਆ ਜਾਵੇ, ਕਹਾਣੀ ਦੇ ਵਿੱਚ ਹੀ ਉਹਨਾਂ ਨੇ ਕਿਹਾ ਨਹੀਂ ਨਹੀਂ ਪਰ ਇਹਨੂੰ ਜੇ ਮੈਂ ਜੇ ਸਕਰੀਨ 'ਤੇ ਮੈਂ ਦੇਖ ਰਿਹਾ ਕਿ ਅੱਛਾ ਯਾਰ ਇਹਨੂੰ ਜ਼ਰੂਰਤ ਹੈ ਹੁਣ ਇਹ ਸ਼ਰਾਬ ਪੀ ਲਈ, ਇਹ ਸੋਲਿਊਸ਼ਨ ਹੈ, ਤਾਂ ਮੈਂ ਵੀ ਉਹ ਸੋਲਿਊਸ਼ਨ ਲੈ ਕੇ ਜਾ ਰਿਹਾ ਕਿ ਅਗਰ ਮੈਂ ਸਿਚੁਏਸ਼ਨ 'ਚ ਆਊਂਗਾ ਤਾਂ ਫਿਰ ਮੈਂ ਵੀ ਪੀ ਲਾਂ। ਸੋ ਉਹ ਤਾਂ ਤੁਹਾਡੇ ਫੜਨ 'ਤੇ ਹੈ ਕਿ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਗਲਤ ਫੜ ਸਕਦੇ, ਪਰ ਮੈਨੂੰ ਲੱਗਦਾ ਹੈ ਕਿ ਸ਼ਰਾਬ ਇਹੋ ਜਿਹਾ ਮੁੱਦਾ ਨਹੀਂ ਹੈ ਕਿ ਅੱਜ ਕਿਸੇ ਨੂੰ ਪਤਾ ਨਹੀਂ ਹੈ। ਹਾਂਜੀ, ਮਤਲਬ ਪਲੱਸ ਮਾਈਨਸ ਸਭ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ। ਸੋ ਉਹਨੂੰ ਇਸ ਤਰੀਕੇ ਨਾਲ ਜੋੜਤਾ ਜਾਣਾ ਕਿ ਯਾਰ ਫਿਲਮ 'ਚ ਕੋਈ ਸ਼ਰਾਬ ਪੀਂਦਾ ਤਾਂ ਸਾਡਾ ਯੂਥ ਲੱਗ ਜੂਗਾ ਸ਼ਰਾਬ ਪੀਣਾ, ਤਾਂ ਉਹ ਗਲਤ ਹੈ। ਮਤਲਬ ਉਹ ਮੈਨੂੰ ਇਹ ਨਹੀਂ ਲੱਗਦਾ। ਸੋ ਫਿਲਮ ਦੇ ਵਿੱਚ ਹਰ ਤਰੀਕੇ ਦੇ ਕਿਰਦਾਰ ਤੁਸੀਂ ਦਿਖਾਉਂਦੇ ਹੋ, ਸੋ ਉਹ ਕਹਾਣੀ ਨਾਲ ਜ਼ਰੂਰੀ ਹੈ। ਮਤਲਬ ਮੈਨੂੰ ਲੱਗਦਾ ਕਿ ਜੇ ਤੁਸੀਂ ਸ਼ਰਾਬ ਦਿਖਾ ਰਹੇ ਹੋ ਜਾਂ ਸਿਗਰਟ ਦਿਖਾ ਰਹੇ ਹੋ ਤਾਂ ਉਹਦਾ ਕੋਈ ਪਰਪਸ ਹੋਵੇ। ਹਾਂ, ਪਰਪਸ ਹੋਣਾ ਚਾਹੀਦਾ। ਹਾਂ, ਮਤਲਬ ਜੇ ਤੁਸੀਂ ਨੋਰਮਲ ਹੈ ਕਿ ਆਪਾਂ ਜੇ ਬੈਠੇ ਹੈ ਔਰ ਇੱਥੇ ਸਾਡੇ ਹੱਥ 'ਚ ਸ਼ਰਾਬ ਹੈ ਬਟ ਉਹ ਸ਼ਰਾਬ ਕੁਛ ਕਰ ਨਹੀਂ ਰਹੀ, ਨਾ ਮੈਂ ਉਸ ਨੂੰ ਬਹਿ ਕੇ ਕੋਈ ਐਕਸ਼ਨ ਕਰ ਰਿਹਾ, ਨਾ ਤੁਸੀਂ ਕੁਛ ਬਹਿ ਕੇ ਕੁਛ ਐਕਸ਼ਨ ਕਰ ਰਹੇ ਹੋ, ਹੈ ਨਾ, ਫਿਰ ਉਹ ਨਾ ਰੱਖੋ। ਰਾਈਟ, ਮਤਲਬ ਕਿ ਜਸਟ ਅਸੀਂ ਕਲੱਬ ਦੇ ਵਿੱਚ ਸੀਨ ਕਰਨਾ ਤਾਂ ਹੱਥ 'ਚ ਸ਼ਰਾਬ ਰਹਿ ਕੇ ਗੱਲਾਂ ਕੁਛ ਹੋਰ ਕਰ ਲਈਆਂ, ਜੇ ਅਸੀਂ ਕੁਛ ਨਸ਼ਾ ਕਰ ਦਿਖਾ ਰਹੇ ਹਾਂ ਉਸ ਨਸ਼ੇ ਨਾਲ ਕੁਛ ਰਿਐਕਸ਼ਨ ਹੋਵੇ, ਸਾਡੀ ਕਹਾਣੀ ਅੱਗੇ ਵੱਧ ਰਹੀ ਹੈ, ਸਾਡਾ ਕਰੈਕਟਰ ਸ਼ਰਾਬ ਪੀ ਕੇ ਲੜ ਰਿਹਾ ਜਾਂ ਸਾਡਾ ਕਰੈਕਟਰ ਸ਼ਰਾਬ ਪੀ ਕੇ ਇਮੋਸ਼ਨਲ ਹੋ ਰਿਹਾ, ਕੁਛ ਉਹਦਾ ਰੋਲ ਹੈ ਤਾਂ ਠੀਕ ਹੈ ਕਹਾਣੀ 'ਚ ਹੈ, ਬਟ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਸੁਸਾਇਟੀ 'ਤੇ ਕੋਈ ਫਰਕ ਪੈਂਦਾ। ਮਤਲਬ ਉਹ ਐਡੇ ਭੋਲੇ ਲੋਕ ਨਹੀਂ ਗੇ ਕਿ ਸਕਰੀਨ 'ਤੇ ਦੇਖ ਕੇ ਸ਼ਰਾਬ ਪੀਣ ਲੱਗ ਜਾਣਗੇ ਜਾਂ ਹਟ ਜਾਣਗੇ। ਬਿਲਕੁਲ, ਫਿਲਮ ਜਦੋਂ ਨਹੀਂ ਚੱਲੀ, ਬਾਕਸ ਆਫਿਸ 'ਤੇ ਹਿੱਟ ਨਹੀਂ ਹੋਈ, ਇਸ ਚੀਜ਼ ਨੇ ਤੁਹਾਨੂੰ ਡਿਸਅਪੁਆਇੰਟ ਕੀਤਾ ਕਿਸ ਹੱਦ ਤੱਕ ਕੀਤਾ? ਮੈਨੂੰ ਐਕਚੁਅਲੀ ਬਹੁਤ ਡਿਸਅਪੁਆਇੰਟਮੈਂਟ ਹੈਗਾ। ਮੈਨੂੰ ਇਹ ਵੀ ਚੀਜ਼ ਬਹੁਤ ਹੈਰਾਨ ਕਰਦੀ ਹੁੰਦੀ ਕਈ ਵਾਰੀ ਕਿ ਜਦੋਂ ਕੋਈ ਫਿਲਮ ਨਹੀਂ ਚੱਲਦੀ ਤਾਂ ਮੋਸਟਲੀ ਆਪਾਂ ਕਹਿ ਦਿੰਦੇ ਕਿ ਅਗਰ ਉਹ ਤੁਹਾਡੀ ਲਿਖੀ ਹੋਈ ਨਹੀਂ ਹੈਗੀ, ਕਿ ਉਹ ਵੈਲ ਰਿਟਨ ਨਹੀਂ ਸੀਗੀ, ਸ਼ਾਇਦ ਸਕਰੀਨ ਪਲੇ 'ਤੇ ਹੋਰ ਕੰਮ ਹੋਣਾ ਚਾਹੀਦਾ ਸੀ, ਸ਼ਾਇਦ ਸਾਨੂੰ ਆਹ ਵਾਲੀਆਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਸੀ, ਤਾਂ ਮੈਨੂੰ ਲੱਗੇ ਕਿ ਸ਼ਾਇਦ ਇਹ ਅਗਰ ਜਗਦੀਪ ਦੀ ਆਪਣੀ ਵੀ ਲਿਖੀ ਹੋਈ ਹੁੰਦੀ ਫਿਲਮ ਤਾਂ ਵੀ ਉਹਨਾਂ ਦਾ ਇਹੀ ਰਿਐਕਸ਼ਨ ਹੋਣਾ ਸੀ। ਜੇ ਹੁਣ ਉਹ ਫਿਲਮ ਇਹਨਾਂ ਦੀ ਆਪਣੀ ਨਹੀਂ ਵੀ ਲਿਖੀ ਹੋਈ ਤਾਂ ਵੀ ਉਹ ਰਿਐਕਸ਼ਨ ਤੁਹਾਡਾ ਆਉਣਾ ਮੈਨੂੰ ਬਹੁਤ ਸਰਪ੍ਰਾਈਜ਼ਿੰਗਲੀ ਲੱਗਿਆ। ਨਹੀਂ, ਮੈਨੂੰ ਲੱਗਦਾ ਕਿ ਯਾਰ ਫਿਲਮ ਚੰਗੀ ਹੋਣ ਦਾ ਬਾਕਸ ਆਫਿਸ ਨਾਲ ਕੋਈ ਲੈਣਾ ਦੇਣਾ ਨਹੀਂ। ਬਿਲਕੁਲ। ਸੋ ਇਹ ਨਹੀਂ ਗਾ ਕਿ ਮੈਂ ਉਸ ਫਿਲਮ ਨੂੰ ਤਾਂ ਡਿਫੈਂਡ ਕਰ ਰਿਹਾ ਕਿ ਯਾਰ ਉਹ ਚੱਲੀ ਨਹੀਂ ਹੈ।
ਮੈਂ ਮੇਰੀਆਂ ਫਿਲਮਾਂ ਜਿਹੜੀਆਂ ਬਹੁਤ ਜ਼ਿਆਦਾ ਵਧੀਆ ਕਲੈਕਸ਼ਨ ਵੀ ਕਰਦੀਆਂ, ਮੈਨੂੰ ਪਤਾ ਹੈ ਕਿ ਉਹ ਵਧੀਆ ਫਿਲਮਾਂ ਨਹੀਂ ਹੈ ਇਨ ਟਰਮਸ ਆਫ ਗੁੱਡ ਸਿਨੇਮਾ, ਗੁੱਡ ਸਿਨੇਮਾ ਉਹ ਕਦੇ ਯਾਦ ਨਹੀਂ ਰੱਖੀਆਂ ਜਾਣਗੀਆਂ। ਜੇ ਮੇਰੀ ਤੁਸੀਂ ਸਾਰੀਆਂ ਫਿਲਮਾਂ ਦੀ ਲਿਸਟ ਬਣਾਓਗੇ ਤਾਂ ਮੇਰੀ ਛੜਾ ਫਿਲਮ ਸਭ ਤੋਂ ਲਾਸਟ 'ਚ ਆਊਗੀ। ਹੁਣ ਜੈੱਟ ਐਂਡ ਜੂਲੀਅਟ ਇੱਕ ਐਡ ਹੋਈ ਹੈ ਤਾਂ ਆਈ ਡੋਂਟ ਨੋ ਕਿੱਥੇ ਕੱਢਦੀ ਹੈ, ਬਟ ਊਂ ਜੇ ਮੈਨੂੰ ਤੁਸੀਂ ਪੁੱਛੋਗੀ ਤੁਸੀਂ ਆਪਣੀ ਫਿਲਮਾਂ ਦੀ ਲਿਸਟ ਬਣਾਓ ਰੈਂਕਿੰਗ ਰੈਂਕਿੰਗ ਡਾਇਰੈਕਸ਼ਨ ਵਾਈਜ਼ ਤਾਂ ਮੇਰੀ ਸਭ ਤੋਂ ਥੱਲੇ ਛੜਾ ਹੈ, ਬਟ ਬਾਕਸ ਆਫਿਸ 'ਤੇ ਉਹ ਸਭ ਤੋਂ ਵੱਡੀ ਹਿੱਟ ਹੈ। ਸੋ ਉਹ ਇਸ ਲਈ ਨਹੀਂ ਆ ਕਿ ਉਹ ਫਿਲਮ ਚੱਲੀ ਨਹੀਂ ਹੈ ਜਾਂ ਮੈਂ ਜੋ ਚੱਲਦੀ ਹੈ ਮੇਰੇ ਲਈ ਉਹੀ ਚੰਗੀ ਫਿਲਮ ਹੈ। ਐਜ਼ ਏ ਫਿਲਮ ਮੇਕਰ ਤੁਹਾਨੂੰ ਪਤਾ ਹੁੰਦਾ ਕਿ ਯਾਰ ਆਹ ਕੁਛ ਗੱਲ ਹੈ ਇਸ ਫਿਲਮ ਦੇ ਵਿੱਚ, ਇਹ ਫਿਲਮ ਪਹੁੰਚਣੀ ਚਾਹੀਦੀ ਸੀ ਜਿੱਥੇ ਨਹੀਂ ਪਹੁੰਚੀ। ਬਟ ਮੈਨੂੰ ਲੱਗਦਾ ਕਿ ਇਹ ਸਾਰਿਆਂ ਨਾਲ ਹੀ ਹੁੰਦਾ, ਜੋ ਫਿਲਮਾਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਤੁਸੀਂ ਕੋਸ਼ਿਸ਼ ਕਰਦੇ ਹੋ ਇਹੋ ਜਿਹੀ ਤਾਂ ਉਹ ਘੱਟ ਚੱਲਦੀਆਂ ਕੰਪੇਰੇਟਿਵਲੀ। ਮੈਨੂੰ ਇਹ ਵੀ ਨਹੀਂ ਸੀਗਾ ਕਿ ਉਹ 50 ਕਰੋੜ ਕਰਦੀ ਜਾਂ ਕੋਈ ਬਹੁਤੀ ਵੱਡੀ ਹਿੱਟ ਹੁੰਦੀ, ਮੈਨੂੰ ਇਹ ਸੀਗਾ ਕਿ ਇੱਕ ਬੇਸਿਕ ਰੀਚ ਬਣਦੀ ਫਿਲਮ ਦੀ, ਲੋਕਾਂ ਤੱਕ ਫਿਲਮ ਪਹੁੰਚਦੀ। ਔਰ ਉਹਦਾ ਫਿਰ ਰੀਜ਼ਨ ਇਹ ਵੀ ਰਿਹਾ ਕਿ ਓ ਟੀ ਟੀ 'ਤੇ ਨਹੀਂ ਆਈ, ਉਹ ਲੋਕਾਂ ਨੇ ਫਿਲਮ ਦੇਖੀ ਨਹੀਂ, ਤਾਂ ਉਹ ਇੱਕ ਫਿਲਮ ਐਸੀ ਹੈ ਕਿ ਜੋ ਜਿੱਥੇ ਪਹੁੰਚਣੀ ਚਾਹੀਦੀ ਸੀ ਉੱਥੇ ਪਹੁੰਚੀ ਨਹੀਂ, ਉਹ ਐਂ ਖੋ ਗਈ। ਸੋ ਤਾਂ ਕਰਕੇ ਉਹਦਾ ਮੈਨੂੰ ਬੜਾ ਉਹ ਸੀਗਾ, ਡਿਸਅਪੋਇੰਟਮੈਂਟ ਸੀਗਾ, ਬਟ ਠੀਕ ਹੈ ਪਾਰਟ ਹੈ। ਮਤਲਬ ਇਹ ਚੀਜ਼ਾਂ ਜਿਵੇਂ ਹੁਣ ਇੱਕ ਪੋਜ਼ਿਟਿਵ ਵੇ ਇਹ ਹੈ ਇਹਦਾ ਕਿ ਤੁਸੀਂ ਕਰਮ ਕਰੋ ਫਲ ਦੀ ਇੱਛਾ ਨਾ ਕਰੋ, ਹੈ ਨਾ। ਸੋ ਜਿਹੜੀਆਂ ਫਿਲਮਾਂ ਤੁਹਾਨੂੰ ਪਤਾ ਹੈ ਕਿ ਵਧੀਆ ਨਹੀਂ ਹੈ ਉਹਨਾਂ ਦਾ ਬੋਕਸ ਆਫਿਸ ਕਿੰਨਾ ਹੈ, ਜਿਹੜੀਆਂ ਪਤਾ ਹੈ ਕਿ ਬਹੁਤ ਵਧੀਆ ਉਹਨਾਂ ਦਾ ਬੋਕਸ ਆਫਿਸ ਹੈ ਨਹੀਂ, ਸੋ ਬਾਅਦ 'ਚ ਕੀ ਹੋਣਾ ਉਹ ਤੁਹਾਡੇ ਹੱਥ ਹੈ ਨਹੀਂ। ਸੋ ਤੁਸੀਂ ਤੁਹਾਡਾ ਆਪਣਾ ਇੱਕ ਜਜਮੈਂਟ ਐਜ਼ ਏ ਫਿਲਮ ਮੇਕਰ ਹੋਣਾ ਚਾਹੀਦਾ ਕਿ ਯਾਰ ਕੰਮ ਕਰੋ ਔਰ ਆਪਦੀਆਂ ਕਮੀਆਂ ਤੁਹਾਨੂੰ ਪਤਾ ਹੋਣ, ਰਿਜ਼ਲਟ ਤਾਂ ਜਦੋਂ ਇੱਕ ਤੁਹਾਡੀ ਬਹੁਤ ਵਧੀਆ ਫਿਲਮ ਬਣਾਈ ਹੋਈ ਜੋ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਸੀਗੀ ਬਟ ਉਹ ਬੋਕਸ ਆਫਿਸ ਹਿੱਟ ਨਹੀਂ ਕੀਤੀ ਜਾਂ ਲੋਕਾਂ ਵੱਲੋਂ ਉਹ ਰਿਸਪੋਂਸ ਜਾਂ ਹੁੰਗਾਰਾ ਨਹੀਂ ਆਇਆ ਉਸ ਟਾਈਮ ਜਦੋਂ ਉਹਨੂੰ ਮਿਲਣਾ ਚਾਹੀਦਾ ਸੀਗਾ, ਫਿਰ ਉਸ ਤੋਂ ਬਾਅਦ ਤੁਹਾਡੇ ਫਿਲਮ ਮੇਕਿੰਗ ਦੇ ਡਿਸੀਜਨਸ ਅਫੈਕਟ ਹੁੰਦੇ ਨੇ? ਨਹੀਂ, ਮਤਲਬ ਉਸ ਚੀਜ਼ ਨੂੰ ਲੈ ਕੇ ਮੈਨੂੰ ਬਿਲਕੁਲ ਫਰਕ ਨਹੀਂ ਪੈਂਦਾ ਕਿ ਫਿਲਮ ਚੱਲੀ ਨਹੀਂ ਹੈ ਇਸ ਕਰਕੇ। ਹਾਂ, ਮੈਂ ਆਪ ਜਦੋਂ ਕੋਈ ਫਿਲਮ ਕਰਦਾ ਹੈ ਜਾਂ ਮੈਨੂੰ ਉਹਦੇ 'ਚ ਜੋ ਕਮੀਆਂ ਦਿਖਦੀਆਂ ਜਾਂ ਕੋਈ ਬਾਹਰਲਾ ਵੀ ਜੇ ਕੋਈ ਆ ਕੇ ਕੋਈ 4 ਗੱਲ ਨੈਗੇਟਿਵ ਗੱਲਾਂ ਦੱਸਦਾ, ਉਹਦੇ 'ਚੋਂ ਮੈਨੂੰ ਕੋਈ ਸੈਂਸੀਬਲ ਗੱਲ ਲੱਗਦੀ ਹੈ ਕਿ ਯਾਰ ਹਾਂ ਆਹ ਪਾਰਟ ਇਹਦਾ ਸਹੀ ਕਹਿ ਰਿਹਾ, ਇਹ ਕਮੀ ਸੀਗੀ ਫਿਲਮ 'ਚ, ਉਹ ਚੀਜ਼ਾਂ ਮੈਨੂੰ ਇਫੈਕਟ ਕਰਦੀਆਂ, ਮੈਂ ਉਹ ਕੋਸ਼ਿਸ਼ ਕਰਦਾ ਕਿ ਉਹਨਾਂ 'ਤੇ ਕੰਮ ਕਰਾਂ। ਬਟ ਬੋਕਸ ਆਫਿਸ ਦੇ ਨੰਬਰ ਨਾਲ ਨਹੀਂ ਮੈਂ ਜੱਜ ਕਰਦਾ, ਨਹੀਂ ਤਾਂ ਫਿਰ ਮੈਂ ਛੜੇ ਵਰਗੀਆਂ ਫਿਲਮਾਂ ਬਣਾਉਂਦਾ ਸਾਰੀਆਂ। ਬਿਲਕੁਲ। ਐਨੀਥਿੰਗ ਅਬਾਊਟ ਮੋ ਜਿਹੜੀ ਕਿ ਤੁਸੀਂ ਆਪਣੇ ਵੱਲੋਂ, ਜਿਵੇਂ ਮੈਂ ਕਿਹਾ ਕਿ ਇੱਕ ਜਰਨਲਿਸਟ ਜਦੋਂ ਤੁਹਾਨੂੰ ਇੰਟਰਵਿਊ ਕਰਦਾ ਤਾਂ ਉਹ ਰੂਟੀਨ ਇੰਟਰਵਿਊ ਹੁੰਦੀ ਆ, ਉਹਦੇ ਸਵਾਲ ਵੀ ਮਿੱਥੇ ਜਿਹੇ ਹੋਏ ਹੁੰਦੇ ਨੇਗੇ ਕਿ ਇੱਕ ਫਿਲਮ ਨੂੰ ਲੈ ਕੇ ਕਿਹੋ ਜਿਹੀ ਗੱਲ ਹੋ ਸਕਦੀ ਆ, ਪਰ ਕਿਉਂਕਿ ਤੁਸੀਂ ਉਸ ਥੋਟ ਪ੍ਰੋਸੈਸ ਤੋਂ ਲੈ ਕੇ ਉਹ ਫਿਲਮ ਦੇ ਰਿਲੀਜ਼ ਹੋਣ ਤੱਕ ਦਾ ਪਾਰਟ ਰਹੇ ਹੁੰਦੇ ਹੋ, ਤਾਂ ਅਗਰ ਤੁਸੀਂ ਆਪਣੇ ਵੱਲੋਂ ਮੋਹ ਬਾਰੇ ਕੁਛ ਸ਼ੇਅਰ ਕਰਨਾ ਚਾਹੋ ਜਿਹੜਾ ਸਾਨੂੰ ਹਾਲੇ ਤੱਕ ਨਹੀਂ ਪਤਾ। ਐਂਡ ਗੀਤਾਜ ਦੀ ਕਾਸਟਿੰਗ ਵਾਲਾ ਉਹ ਪੂਰੀ ਸਟੋਰੀ ਮੈਨੂੰ ਲੱਗਦਾ ਬਹੁਤ ਸੋਹਣੀ ਸੀਗੀ, ਐਂਡ ਇਸ ਤੋਂ ਇਲਾਵਾ ਅਗਰ ਤੁਸੀਂ ਸ਼ੇਅਰ ਕਰਨਾ ਹੋਵੇ। ਫਿਰ ਉਵੇਂ ਜਿਵੇਂ ਗੀਤਾਜ ਦੀ ਕਾਸਟਿੰਗ ਸੀ ਉਵੇਂ ਸੀਗਾ ਮੈਨੂੰ ਕਿ ਬਾਕੀ ਲੋਕ ਵੀ ਫਰੈਸ਼ ਹੋਣ, ਜਿੰਨੀਆਂ ਜ਼ਿਆਦਾ ਇਸ ਫਿਲਮ 'ਚ ਫਰੈਸ਼ ਫੇਸਿਸ ਹੋਣਗੀਆਂ, ਜਿਵੇਂ ਪ੍ਰਭ ਹੈ ਤਾਂ ਉਹਦੀ ਕਾਸਟਿੰਗ ਸੀਗੀ ਮੈਂ ਕਿ ਉਹਨਾਂ ਦਾ ਜਿਹੜਾ ਬੂ ਭਾਬੀ ਇਹ ਗਾਣਾ ਆਇਆ ਸੀ ਉਹਦੀ ਮੇਕਿੰਗ ਆਈ ਸੀ, ਤਾਂ ਉਹ ਮੇਕਿੰਗ ਦੇ ਵਿੱਚ ਵਾਰ ਵਾਰ ਉਹ ਰੀਟੇਕ ਦੇ ਰਿਹਾ ਸੀਗਾ, ਉਹਦੇ ਰੀਟੇਕ ਲਾਏ ਹੋਏ ਸੀਗੇ। ਸੋ ਬੜਾ ਮਤਲਬ ਸਰ ਇਹ ਉਹ ਹੈ ਸਰਪ੍ਰਾਈਜ਼ਿੰਗ ਹੈ ਕਿ
ਕਿਸੇ ਦੀ ਗਲਤੀਆਂ ਕਰਕੇ ਉਹਨੂੰ ਕਾਸਟ ਕੀਤਾ ਗਿਆ। ਸੋ ਉਹਦੇ ਜਿਹੜੇ ਉਹ ਰੀਟੇਕ ਸੀਗੇ ਨਾ, ਉਹ ਮੈਨੂੰ ਉਹਨਾਂ 'ਚ ਕੁਛ ਦਿਖਿਆ ਵਧੀਆ ਗੱਲ, ਹੈ ਨਾ। ਫਿਰ ਮੈਂ ਉਹਨੂੰ ਬੁਲਾਇਆ ਮਿਲਣ ਲਈ, ਤਾਂ ਜਦੋਂ ਆਇਆ ਫਿਰ ਮੈਂ ਗੱਲ ਕਰਕੇ ਮੈਂ ਥੋੜ੍ਹਾ ਜਿਹਾ ਹੋਰ ਸ਼ੋਰ ਹੋ ਗਿਆ ਕਿ ਯਾਰ ਇਹ ਰਾਈਟ ਹੈ ਮੁੰਡਾ। ਸੋ ਉਹਦਾ ਕਰੈਕਟਰ, ਕਿਉਂਕਿ ਉਹ ਮੈਨੂੰ ਚਾਹੀਦਾ ਸੀਗਾ ਕਿ ਕੋਈ ਵੀ ਬੰਦਾ ਨਵਾਂ ਹੀ ਹੋਵੇ, ਉਹਦੀ ਕਿਸੇ ਤਰੀਕੇ ਦੀ ਕੋਈ ਇਮੇਜ ਨਾ ਹੋਵੇ। ਸੋ ਉਹ ਸੀਗਾ। ਫਿਰ ਮੈਨੂੰ ਸੁਖਦੇਵ ਉਹਨਾਂ ਵਾਲਾ ਡਿਸੀਜਨ ਵੀ ਤੁਹਾਡਾ ਬਹੁਤ ਲੱਗਿਆ ਕਿ ਸਰਗੁਣ ਦੇ ਓਪੋਜ਼ਿਟ ਉਹ ਕਿਸੇ ਨੂੰ ਵੀ ਹੋਰ ਕਾਸਟ ਕਰ ਸਕਦੇ ਸੀਗੇ, ਐਂਡ ਜਿੰਨੀ ਕੁ ਉਹਦੀ ਪ੍ਰੈਜੈਂਸ ਜਾਂ ਉਸ ਕੈਰੇਕਟਰ ਦਾ ਇੰਪੈਕਟ ਹੈਗਾ, ਤਾਂ ਇਹਦੇ ਲਈ ਹੋਰ ਵੀ ਕੋਈ ਨਾ ਹੋ ਸਕਦਾ ਸੀਗਾ, ਪਰ ਤੁਸੀਂ ਸੁਖਦੇਵ ਉਹਨਾਂ ਨੂੰ ਸਰਗੁਣ ਦੇ ਹਸਬੈਂਡ ਦੇ ਕੈਰੇਕਟਰ 'ਚ ਕਾਸਟ ਕੀਤਾ, ਉਹ ਵੀ ਮੈਨੂੰ ਲੱਗਿਆ ਕਿ ਡੀਅਰਿੰਗ ਡਿਸੀਜਨ ਸੀਗਾ। ਹਾਂ ਨਹੀਂ, ਉਸ ਫਿਲਮ 'ਚੋਂ ਹੀ ਮੈਂ ਕਹਿੰਦਾ ਕਿ ਬਹੁਤ ਸਾਰੇ ਨਵੇਂ ਫੇਸਿਸ ਸੀਗੇ, ਮੋਸਟਲੀ ਸਾਰੇ ਨਵੇਂ ਸੀਗੇ। ਸੋ ਮੈਨੂੰ ਇਹ ਸੀਗਾ ਕਿ ਕਾਸਟ, ਮੈਂ ਜੈਨੂਅਲੀ ਉਸ ਫਿਲਮ ਦੀ ਫਿਲਮ ਤਾਂ ਚਲੋ ਜੋ ਹੈ, ਕਾਸਟ ਤੋਂ ਵੀ ਮੈਂ ਬਹੁਤ ਖੁਸ਼ ਹੈ ਕਿ ਬਹੁਤ ਸੋਹਣੀ ਕਾਸਟ ਸੀਗੀ ਔਰ ਇੰਨਾ ਵਧੀਆ ਕੰਮ ਕੀਤਾ ਸਭ ਨੇ। ਅਤੇ ਉਵੇਂ ਸੁਖਦੇਵ ਆ, ਉਹਨਾਂ ਦਾ ਮੈਂ ਆਡੀਸ਼ਨ ਦੇਖਿਆ ਸੀਗਾ, ਅਸੀਂ ਆਡੀਸ਼ਨ ਲਾਏ ਸੀ ਬਹੁਤ ਉਸ ਫਿਲਮ 'ਚ, ਮੈਨੂੰ ਉਹਨਾਂ ਦਾ ਆਡੀਸ਼ਨ ਬਹੁਤ ਵਧੀਆ ਆਇਆ ਸੀ। ਤਾਂ ਇਨਫੈਕਟ ਮੈਨੂੰ ਕੁਛ ਲੋਕਾਂ ਨੇ ਕਿਹਾ ਸੀ ਵੀ ਇਹਨੂੰ ਕਿੱਥੇ ਲੈ ਲਿਆ, ਹੈ ਨਾ, ਇਹ ਤਾਂ ਬਹੁਤ ਖਰਾਬ ਹੈ, ਇਹ ਹੈ ਵੋ ਹੈ ਨਾ। ਮੈਂ ਫਿਰ ਦੁਬਾਰਾ ਆਡੀਸ਼ਨ ਦੇਖਿਆ ਜਾ ਕੇ ਕਿ ਯਾਰ ਇੰਨਾ ਲੋਕ ਇਹਦੇ ਬਾਰੇ ਬੋਲ ਰਹੇ ਆ, ਦੋ ਤਿੰਨ ਜਣੇ, ਤਾਂ ਇਹ ਤਾਂ ਪਰ ਸਕਰੀਨ 'ਤੇ ਕੁਛ ਹੋਰ ਬੋਲ ਰਹੇ। ਸੋ ਉਹਨਾਂ ਨੇ ਫਿਰ ਕੰਮ ਕੀਤਾ, ਵਧੀਆ ਲੱਗਿਆ। ਔਰ ਸਾਰਿਆਂ ਜਿਹੜੇ ਨਵੇਂ ਸੀਗੇ, ਸਾਰਿਆਂ ਨੂੰ ਕੰਮ ਦੀ ਲੋੜ ਸੀ। ਮੈਨੂੰ ਲੱਗਦਾ ਵੀ ਕਿੰਦੀ ਦਾ ਕੈਰੈਕਟਰ ਉਹਦੇ ਨਾਲ ਵਧੀਆ ਕੋਈ ਪਰਫਾਰਮ ਕਰ ਨਹੀਂ ਸੀ ਸਕਦਾ, ਤੇ ਉਹਨਾਂ ਨੇ ਉਹ ਡੈਡੀਕੇਸ਼ਨ ਵੀ ਸ਼ੋਅ ਕੀਤੀ ਸਾਰਿਆਂ ਨੇ। ਜੋ ਚੇਂਜ ਓਵਰ ਸੀਗਾ, ਇਕੱਲੇ ਗੀਤਾਜ ਨੇ ਨਹੀਂ, ਹਰ ਬੰਦੇ ਨੇ ਆਪਣਾ ਇੱਕ ਚੇਂਜ ਓਵਰ ਲੈ ਕੇ ਆਉਂਦਾ। ਸੋ ਉਹ ਬਹੁਤ ਵਧੀਆ ਸੀਗਾ। ਸਭ ਤੋਂ ਮੇਨ ਗੱਲ ਸੀਗੀ ਕਿ ਜਦੋਂ ਅਸੀਂ ਪੂਰੀ ਟੀਮ ਨੇ ਫਿਲਮ ਦੇਖੀ, ਮਤਲਬ ਜਦੋਂ ਸਕਰੀਨਿੰਗ ਸੀਗੀ, ਤਾਂ ਸਾਰਿਆਂ ਲਈ ਉਹ ਸ਼ੌਕਿੰਗ ਸੀਗਾ। ਮਤਲਬ ਪੂਰੀ ਟੀਮ ਨੂੰ ਕੰਮ ਕਰਦੇ ਹੋਏ ਜਾਂ ਡਬਿੰਗ 'ਤੇ ਫਿਲਮ ਦੇਖ ਕੇ ਵੀ ਉਹਨਾਂ ਨੂੰ ਅਹਿਸਾਸ ਨਹੀਂ ਸੀਗਾ ਕਿ ਆਹ ਫਿਲਮ ਹੈ। ਸੋ ਜਦੋਂ ਅਸੀਂ ਫਿਲਮ ਦੇਖੀ ਔਰ ਖਤਮ ਹੋਈ, ਤਾਂ ਸਾਰੇ ਉਹ ਮਤਲਬ ਉਹ ਰਿਐਕਸ਼ਨ ਜਿਵੇਂ ਫਰੀਜ਼ ਹੋ ਜਾਂਦਾ ਨਾ ਬੰਦਾ ਕਿ ਕੀ ਦੇਖ ਲਿਆ, ਹੈ ਨਾ, ਔਰ ਇਹ ਅਸੀਂ ਬਣਾ ਰਹੇ ਸੀ, ਸਾਨੂੰ ਪਤਾ ਹੀ ਨਹੀਂ ਸੀ। ਸੋ ਉਹ ਰਿਐਕਸ਼ਨ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਔਰ ਮੇਰੇ ਮਤਲਬ ਹਮੇਸ਼ਾ ਮੇਰੇ ਨਾਲ ਰਹੂਗਾ ਕਿ ਸਭ ਦਾ ਇੰਨਾ ਵਧੀਆ ਰਿਐਕਸ਼ਨ ਸੀਗਾ। ਸੋ ਅੰਬੀ ਇੰਨਾ ਰੋਇਆ, ਬਹੁਤ ਹੀ ਰੋਇਆ। ਸੋ ਅਤੇ ਤੁਹਾਡੇ ਲਈ ਇਸ ਫਿਲਮ ਦਾ ਮੈਮੋਰੇਬਲ ਡਾਇਲੋਗ ਕੀ ਆ? ਉਹਦਾ ਮੈਨੂੰ ਜੋ ਸਭ ਤੋਂ ਵਧੀਆ ਜਿਹੜਾ ਡਾਇਲੋਗ, ਜਿਵੇਂ ਕਈ ਸਾਰੇ ਕੁਛ ਬੜੇ ਵਧੀਆ ਸੀਗੇ, ਅਤੇ ਜਿਵੇਂ ਇੱਕ ਹੋਰ ਡਾਇਲੋਗ ਮੈਨੂੰ ਬਹੁਤ ਵਧੀਆ ਲੱਗਦਾ, ਜਿੱਥੇ ਉਹ ਸਰਗੁਣ ਕਹਿੰਦੀ ਹੈ ਕਿ ਤੂੰ ਦੇਖ ਮੇਰੀ ਛਾਤੀ 'ਤੇ, ਵਹਿਮ ਦੂਰ ਕਰ ਵੀ ਮਰਦਾਂ ਦੇ ਵੀ ਦਿਲ ਹੁੰਦੇ ਆ। ਫਿਰ ਉਹ ਸਾਵਨ ਦਾ ਡਾਇਲੋਗ ਸੀ ਵੀ ਜਿਹੜੇ ਕਿਤਾਬਾਂ ਨਹੀਂ ਪੜ੍ਹਦੇ ਉਹ ਇਨਸਾਨ ਨਹੀਂ ਹੁੰਦੇ। ਸੋ ਕਾਫੀ ਸਾਰੇ ਇਹੋ ਜਿਹੇ ਡਾਇਲੋਗ ਸੀਗੇ ਉਹਦੇ 'ਚ। ਮੈਨੂੰ ਇੱਕ ਡਾਇਲੋਗ ਬੜਾ ਸੋਹਣਾ ਲੱਗਦਾ ਜਿੱਥੇ ਕਹਿੰਦੀ ਆ ਕੁੜੇ ਟਾਲੀ ਦੀ ਲੱਕੜ ਦਾ ਸੇਕ ਬਹੁਤਾ, ਉਹ ਕਹਿੰਦੀ ਬੀਬੀ ਆਸ਼ਕ ਦੇ ਹੱਥ ਲੱਗੇ ਹੋਏ ਨੇ, ਇਸ਼ਕ ਬਣਦਾ, ਇਸ਼ਕ ਬਣ ਰਿਹਾ, ਹੈ ਨਾ, ਉਹ ਮੈਨੂੰ ਬਹੁਤ ਸੋਹਣਾ ਲੱਗਦਾ। ਤਾਂ ਉਸ ਤਰੀਕੇ ਦੇ ਬਹੁਤ ਸਾਰੇ ਡਾਇਲੋਗ ਉਹਦੇ 'ਚ ਵਧੀਆ ਸੀਗੇ। ਔਰ ਮੈਂ ਫਿਲਮ ਉਹ ਦੁਬਾਰਾ ਲਿਖੀ ਹੈ, ਮਤਲਬ ਉਹਦਾ ਸੈਕਿੰਡ ਹਾਫ ਚੇਂਜ ਕੀਤਾ ਪੂਰਾ। ਅੱਛਾ। ਫਸਟ ਹਾਫ ਵੀ ਕਾਫੀ ਚੇਂਜ ਕੀਤਾ, ਬਟ ਸੈਕਿੰਡ ਤਾਂ ਪੂਰਾ ਕੰਪਲੀਟਲੀ ਚੇਂਜ ਕੀਤਾ। ਜਿੱਥੋਂ ਤੁਸੀਂ ਫਿਲਮ ਜੇ ਦੇਖੀ ਹੈ ਤਾਂ
ਜਿੱਥੇ ਉਹ ਸਰਗੁਣ ਉਹਨੂੰ ਰੋਕਦੀ ਹੈ ਅਤੇ ਉਹਨੂੰ ਕਹਿੰਦੀ ਹੈ ਵੀ ਵੀ ਮੈਂ ਦੁਬਾਰਾ ਡਾਂਸਰ ਬਣ ਜੂੰਗੀ ਤੇ ਅਸੀਂ ਤੈਨੂੰ ਖਵਾਵਾਂਗੇ। ਉਹ ਕਹਿੰਦਾ ਕਿ ਮੈਂ ਕਿਵੇਂ ਤੈਨੂੰ ਨਾਲ ਲੈ ਜਾਵਾਂ, ਤੈਨੂੰ ਖਵਾਉਂਗਾ ਕਿ ਉਹ ਕਹਿੰਦੀ ਮੈਂ ਡਾਂਸਰ ਬਣ ਜੂੰਗੀ ਤੇ ਉਹ ਫਿਰ ਦੇ ਡਿਪਾਰਟ ਹੁੰਦੇ ਆ ਹਨਾ। ਅੱਛਾ ਉਹ ਕਹਿੰਦੀ ਹੈ ਵੀ ਬਸ ਠੀਕ ਹੈ ਫਿਰ ਪਤਾ ਹੀ ਹੈ ਹਨਾ ਤੇ ਉਹ ਅੱਡ ਹੋ ਜਾਂਦੇ ਉੱਥੋਂ। ਸੋ ਹੁਣ ਜਿਹੜੀ ਮੈਂ ਦੁਬਾਰਾ ਫਿਲਮ ਲਿਖੀ ਹੈ ਮੋ ਟੂ ਨੋ ਇਟ ਮੋ ਟੂ ਮਤਲਬ ਮੋ ਹੀ ਦੁਬਾਰਾ ਬਣਾਉਣੀ ਰਾਈਟ ਕਿਦੋਂ ਬਣਦੀ ਹੈ ਦੇਖੋ। ਉਹਦੇ 'ਚ ਉਹਨੂੰ ਕਹਿੰਦੀ ਹੈ ਕਿ ਠੀਕ ਹੈ ਮੈਂ ਤੇਰਾ ਇੰਤਜ਼ਾਰ ਕਰੂੰਗੀ, ਓਕੇ ਤੂੰ ਮੇਰੇ ਕਾਬਿਲ ਹੋ ਕੇ ਆ, ਤੂੰ 2 ਸਾਲ 4 ਸਾਲ ਜਿੰਨਾ ਟਾਈਮ ਲੈਣਾ ਤੂੰ ਲੈ, ਮੈਂ 1 ਲੱਖ 'ਤੇ ਖੜੀ ਹੋ ਕੇ ਤੇਰਾ ਇੰਤਜ਼ਾਰ ਕਰੂੰ। ਸੋ ਉੱਥੋਂ ਕਹਾਣੀ ਚੇਂਜ ਹੋ ਜਾਂਦੀ ਹੈ ਤਾਂ ਮੈਂ ਉਹ ਦੁਬਾਰਾ ਲਿਖੀ ਹੈ, ਹਿੰਦੀ 'ਚ ਲਿਖੀ ਹੈ। ਅੱਛਾ ਸੋ ਹੋਪਫੁਲੀ ਦੇਖੋ ਹਿੰਦੀ 'ਚ ਬਣਦੀ ਹੈ ਤਾਂ ਹੋਪ ਫੋਰ ਦ ਬੈਸਟ। ਅੱਜ ਹਿੰਦੀ 'ਚ ਨਹੀਂ ਵੀ ਬਣੀ ਤਾਂ ਮੈਂ ਉਹਨੂੰ ਫਿਰ ਪੰਜਾਬੀ 'ਚ ਬਣਾਉਂਗਾ ਦੁਬਾਰਾ, ਬਿਲਕੁਲ ਮਤਲਬ ਨਵੀਂ ਸਟੋਰੀ ਹੋ ਗਈ ਉਹ, ਬਟ ਦੇਖਦੇ ਹਾਂ। ਇਹ ਐਕਸਕਲੂਸਿਵ ਸੀਗਾ, ਥੈਂਕ ਯੂ ਸੋ ਮਚ ਭਾਜੀ ਸਾਨੂੰ ਇੰਨਾ ਟਾਈਮ ਦੇਣ ਦੇ ਲਈ। ਤੁਹਾਡੀ ਫਿਲਮ ਜਸਟ ਰਿਲੀਜ਼ ਹੋਈ ਆ ਬਟ ਬਾਵਜੂਦ ਇਸ ਦੇ ਤੁਸੀਂ ਸਾਡੇ ਲਈ ਇੰਨਾ ਟਾਈਮ ਕੱਢਿਆ, ਡਾਇਲੋਗ ਦੇ ਇਸ ਐਪੀਸੋਡ ਦਾ ਤੁਸੀਂ ਹਿੱਸਾ ਬਣੇ, ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਇਸ ਹਨ ਸਾਡੇ ਨਾਲ ਜਗਦੀਪ ਸਿੱਧੂ ਜੱਟ ਐਂਡ ਜੂਲੀਅਟ ਸਿਨੇਮਾਜ਼ ਦੇ ਵਿੱਚ ਆ, ਇਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਮੋਹ ਦੀ। ਸੋ ਇਸ ਐਪੀਸੋਡ ਨੂੰ ਦੇਖਣ ਤੋਂ ਬਾਅਦ ਤੁਹਾਡਾ ਬਿਲਕੁਲ ਦਿਲ ਕਰੂਗਾ ਕਿ ਤੁਸੀਂ ਇੱਕ ਵਾਰ ਜ਼ਰੂਰ ਉਹ ਫਿਲਮ ਦੇਖੋ, ਪਰ ਇਹ ਫਿਲਮ ਤੁਹਾਨੂੰ ਨਹੀਂ ਲੱਭਣੀ ਕਿਉਂਕਿ ਇਹ ਸਿਰਫ ਸਿਨੇਮਾ 'ਚ ਰਿਲੀਜ਼ ਹੋਈ, ਕਿਸੇ ਵੀ OTT ਪਲੈਟਫਾਰਮ 'ਤੇ ਇਹ ਤੁਹਾਨੂੰ ਫਿਲਮ ਨਹੀਂ ਮਿਲਣੀ। ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਫਿਲਮ ਦਾ ਜੋ ਨਵਾਂ ਹਿੱਸਾ ਜਾਂ ਫਿਲਮ ਨੂੰ ਨਵਾਂ ਰੂਪ ਦੇ ਕੇ ਜੋ ਉਹਨਾਂ ਨੇ ਕਹਾਣੀ ਲਿਖੀ ਆ ਉਹ ਜਲਦੀ ਸਿਨੇਮੇ 'ਤੇ ਉੱਪਰ ਆਵੇ ਅਤੇ ਅਸੀਂ ਉਸ ਚੀਜ਼ ਨੂੰ ਦੇਖੀਏ। ਸੋ ਬਹੁਤ ਸ਼ੁਕਰੀਆ ਇਸ ਐਪੀਸੋਡ ਨੂੰ ਦੇਖਣ ਦੇ ਲਈ ਵੀ, ਮੈਨੂੰ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।